ਕਿ ਭਾਵੇਂ ਤੇ ਪੰਡਿਤ ਢਨੇਸ਼ਵਰ ਹੋਵੇ ਹਾਂਜੀ ਤੇ ਭਾਵੇਂ ਕੋਈ ਹੋਰ ਸੱਜਣ ਪਿਆਰਾ ਹੋਵੇ ਹੂੰ ਇਹ ਸਾਡੀ ਜ਼ੁਬਾਨ ਦੀ ਲੜਾਈ ਲੜਨ ਵਾਲੇ ਸੂਰਮੇ ਨਹੀਂ ਹਨ ਹੂੰ ਇਹ ਮਰ ਕੇ ਬਾਜ਼ੀ ਹੈ ਹਾਂਜੀ ਭਗਵਾਨ ਤਾਂ ਹੁਣ ਵੀ ਅੱਧੀ ਰਾਤ ਨੂੰ ਕਈ ਵਾਰੀ ਫੋਨ ਕਰਕੇ ਕਰਦਾ ਓ ਬਾਪੂ ਓ ਬਾਪੂ ਮੇਰਾ ਗੱਲਾਂ ਕਰਨ ਨੂੰ ਜੀ ਕਰਦਾ ਖਬਰਦਾਰ ਜੀ ਸੁੱਤਾ ਦਾ ਇਹ लाਡ ਕਾਹਨ ਬੇ ਦੇ ਕਿਸੇ ਨਾ ਕਰਦਾ ਹਾਂਜੀ ਕਿ ਮੇਰਾ ਕਿਸੇ ਕਾਂਗਰਸ ਕਿਸੇ ਅਕਾਲੀ ਕਿਸੇ ਬੀਜੇਪੀ ਨਾਲ ਰابطਾ ਨਹੀਂ ਹੈਗਾ ਮੇਰਾ ਇੰਡੀਵਿਜੂਅਲਸ ਨਾਲ ਰابطਾ ਹੈ ਇੱਕ ਫਿਕਰੇ ਤੇ ਸਰਾ ਪ੍ਰਕਾਸ਼ ਸਿੰਘ ਬਦਲੱਖਾਂ ਪਰ ਹੈ ਔਰ ਵਿਦਨ ਫਿਊ ਡੇਸ ਉਹਨਾਂ ਨੇ ਫੈਸਲਾ ਕਰ ਦਿੱਤਾ ਕਿ ਇਸ ਨੂੰ ਮੈਂ ਦੁਬਾਰਾ ਠੀਕ ਠਾਕ ਕਰਾਂਗਾ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੁੰਦੀ ਸੀ ਵੀ ਜਦੋਂ ਅਸੀਂ ਵੀ ਪਾਠਕ ਦੇ ਤੌਰ ਤੇ ਵੱਡੇ ਲੇਖਕਾਂ ਨੂੰ ਪੜ੍ਹਦੇ ਹਾਂ ਜਾਂ ਅਖਬਾਰਾਂ ਦੇ ਵਿੱਚ ਖਬਰਾਂ ਪੜ੍ਹੀਦੀਆਂ ਨੇ ਤਾਂ ਇੱਕ ਆਮ ਜੀ ਚਰਚਾ ਜਿਹੜੀ ਬਹੁਤ ਸਾਰੇ ਲੋਕਾਂ ਦੇ ਵਿੱਚ ਹੁੰਦੀ ਹੈ ਕਿ ਜਿਹੜੀਆਂ ਪੰਜਾਬੀ ਕਾਨਫਰੰਸ ਹੁੰਦੀਆਂ ਨੇ ਉਹ ਅਕਸਰ ਬਾਹਰਲੇ ਮੁਲਕਾਂ ਦੇ ਵਿੱਚ ਜਾਂ ਵਿਦੇਸ਼ਾਂ ਦੀਆਂ ਧਰਤੀਆਂ ਤੇ ਹੀ ਕਿਉਂ ਕਰਵਾਈਆਂ ਜਾਂਦੀਆਂ ਨੇ ਜਦਕਿ ਜਿਵੇਂ ਅੱਜ ਦੀ ਅੱਜ ਦੇ ਦੌਰ ਦੀ ਵੀ ਗੱਲ ਕਰਾਂ ਹੁਣ ਬੱਚਿਆਂ ਦੀਆਂ ਕੋਰੋਨਾ ਕਰਕੇ ਜਿਹੜੀਆਂ ਆਨਲਾਈਨ ਕਲਾਸਿਸ ਹਰੇਕ ਬੱਚੇ ਨੂੰ ਲੈਣੀਆਂ ਪੈ ਰਹੀਆਂ ਨੇ ਉਹਦੇ ਵਿੱਚ ਵੀ ਜਿਹੜੇ ਅਧਿਆਪਕ ਨੇ ਪੰਜਾਬ ਦੇ ਸਕੂਲਾਂ ਦੇ ਅਧਿਆਪਕ ਹਿੰਦੀ ਜ਼ੁਬਾਨ ਦੇ ਵਿੱਚ ਗੱਲ ਕਰਦੇ ਨੇ ਇਥੋਂ ਤੱਕ ਕਿ ਜਿਹੜੀ ਪੰਜਾਬੀ ਦੀ ਕਲਾਸ ਚੱਲ ਰਹੀ ਹੁੰਦੀ ਆ ਉਸ ਦੇ ਪਾਠਕ੍ਰਮ ਤੋਂ ਇਲਾਵਾ ਜਿਹੜੀ ਪੂਰੀ ਗੱਲਬਾਤ ਹੁੰਦੀ ਆ ਉਹ ਪੰਜਾਬੀ ਦੇ ਵਿੱਚ ਹੁੰਦੀ ਆ ਹੈਨਾ ਤਾਂ ਜਦੋਂ ਕੋਈ ਵੱਡੇ ਲੇਖਕ ਜਿਨ੍ਹਾਂ ਬਾਰੇ ਹਰ ਵਾਰ ਚਰਚਾ ਚੱਲਦੀ ਆ ਮੈਂ ਨਾ ਵਾਰ-ਵਾਰ ਲੈਣਾ ਚੰਗਾ ਨਹੀਂ ਲੱਗਦਾ ਕਿ ਉਹ ਵੀ ਜਦੋਂ ਪੰਜਾਬੀ ਜ਼ੁਬਾਨ ਨੂੰ ਪਛਾਣ ਸੁੱਟ ਕੇ ਵੀ ਹਿੰਦੀ ਦੀ ਗੱਲ ਕਰਦੇ ਤਾਂ ਉੱਥੇ ਫਿਰ ਜਿਹੜੇ ਲੇਖਕ ਨੇ ਉਹ ਜਮੀਨੀ ਤੌਰ ਤੇ ਕੋਈ ਜਿਹੜੀ ਪ੍ਰਤੀਬੰਧ ਨੇ ਉਹ ਕਿਉਂ ਨਹੀਂ ਲਾਉਂਦੇ ਜਮੀਨੀ ਤੌਰ ਤੇ ਕੋਈ ਇੰਨਾ ਸਕੂਲਾਂ ਦੇ ਨਾਲ ਰਾਪਤੇ ਕਿਉਂ ਨਹੀਂ ਬਣਾਏ ਜਾਂਦੇ ਕਿਉਂਕਿ ਜ਼ਰੂਰੀ ਨਹੀਂ ਕਿ ਅਸੀਂ ਪੰਜਾਬੀ ਨੂੰ ਇੱਕ ਵੱਡੇ ਮੰਚ ਤੇ ਜਾ ਕੇ ਹੀ ਬਚਾ ਸਕਦੇ ਆ ਪੰਜਾਬੀ ਤਾਂ ਘਰਾਂ ਦੇ ਵਿੱਚ ਜ਼ੁਬਾਨ ਇੱਕ ਪੱਕੀ ਜ਼ੁਬਾਨ ਬਣਾ ਕੇ ਵੀ ਬਚਾਈ ਜਾ ਸਕਦੀ ਹੈ ਜਦ ਕਿ ਉੱਥੋਂ ਉਹ ਮੰਨਫੀ ਹੋ ਰਹੀ ਆ ਉੱਥੇ ਉਹ ਮਰ ਰਹੀ ਹੈ ਕੁਝ ਗੱਲਾਂ ਬਤੂ ਐਸੀਆਂ ਨੇ ਜਿਹੜੀਆਂ ਨਾ ਕਾਸਮੈਟਿਕਲੀ ਬੜੀਆਂ ਚੰਗੀਆਂ ਲੱਗਦੀਆਂ ਵੇਖਣ ਨੂੰ ਸਾਹਮਣੇ ਇਹਨਾਂ ਦਿੱਸਦਾ ਕਿ ਮਤਲਬ ਇਹ ਹੋਣਾ ਚਾਹੀਦਾ ਹੈ ਹੋਣਾ ਚਾਹੀਦਾ ਹੋਣਾ ਚਾਹੀਦਾ ਫੈਕਟ ਹੈ ਜਿਹੜੀ ਹਕੀਕਤ ਹੈ ਉਹ ਵੀ ਅੱਖਾਂ ਮੀਟਣੀਆਂ ਨਹੀਂ ਚਾਹੀਦੀਆਂ ਮੈਂ 2010 ਚ ਪੰਜਾਬੀ ਸਾਇਟ ਕਾਡ ਵਿ ਲੁਧਿਆਣਾ ਦਾ ਪ੍ਰਧਾਨ ਬਣਿਆ ਤੇ ਅਸੀਂ ਪੰਜਾਬੀ ਭਾਸ਼ਾ ਜ਼ੁਬਾਨ ਦੇ ਚੇਤਨਨ ਦੇ ਸਿਲਸਿਲੇ ਚ ਕੁਝ ਕੰਮ ਕੀਤਾ ਹਾਂਜੀ ਉਦੋਂ ਇੱਕ ਖਬਰ ਆਈ ਕਿ ਟਾਈਮਜ਼ ਆਫ ਇੰਡੀਆ ਦੇ ਵਿੱਚ ਕਿ ਕੁਝ ਸਕੂਲਾਂ ਦੇ ਵਿੱਚ ਮਾਂ ਬੋਲੀ ਬੋਲਣ ਦੇ ਉੱਤੇ ਜੁਰਮਾਨਾ ਕੀਤਾ ਜਾਂਦਾ ਮੈਂ ਉਹਦੀ ਕਾਊਂਟਰ ਸਟੇਟਮੈਂਟ ਦੇ ਦਿੱਤੀ ਕਿ ਅਸੀਂ ਕਰਨੇ ਦੇਵਾਂਗੇ ਮੁਝਾਰੇ ਕਰਾਂਗੇ ਆ ਕਰਾਂਗੇ ਸਰਕਾਰ ਨੂੰ ਲਿਖਾਂਗੇ ਇਹਨਾਂ ਜੀ ਬੰਦ ਕੀਤੀ ਜਾਵੇ ਆ ਕੀਤਾ ਜਾਵੇ ਕੀਤਾ ਜਾਵੇ ਸਿੱਖਿਆ ਮੰਤਰੀ ਪਰ ਇਹ ਕੌਣ ਸੀ ਗਦੋਂ ਸ਼ਾਇਦ ਯਾਦ ਨਹੀਂ ਕਿਹੜਾ ਸੇਵਾ ਸਿੰਘ ਸੇਖਵਾ ਸੀ ਸ਼ਾਇਦ ਹਾਂਜੀ ਉਹ ਕਹਿੰਦੇ ਵੀ ਗਿਲਸਾਭ ਕਾਰਵਾਈ ਤੇ ਅਸੀਂ ਕਰਦੇਾਂਗੇ ਕਿ ਮੈਡਮ ਵਿਪਿੰਦਰਜੀਤ ਸੀ ਸ਼ਾਇਦ ਪਰ ਕੋਈ ਸ਼ਿਕਾਇਤ ਤਾਂ ਕਰੇ ਹਾਂਜੀ ਜਦੋਂ ਮੈਂ ਕੁਝ ਸਕੂਲਾਂ ਤੋਂ ਪਤਾ ਕੀਤਾ ਹੂੰ ਤੇ ਸਕੂਲ ਦੇ ਮੁਖੀਆਂ ਨੇ ਕਿਹਾ ਕਿ ਜਿਹੜੀ ਸੰਸਥਾਉਂ ਦੀ ਸਾਨੂੰ ਦੱਸਿਓ ਅਸੀਂ ਉਹਨਾਂ ਦਾ ਘਟਾਪਾ ਕਰਾਂਗੇ ਕਿਹੜੇ ਲਖਾਰੀ ਆਉਂਦੇ ਨੇ ਅਸੀਂ ਦੇਖਾਂਗੇ ਅੱਛਾ ਜੀ ਅਸੀਂ ਤੁਹਾਨੂੰ ਪੈਸੇ ਪੰਜਾਬੀ ਪੜਾਉਣ ਦੇ ਨਹੀਂ ਦਿੰਦੇ ਹਮ ਇਹ ਮਾਪਿਆਂ ਦਾ ਬਦੀਰਾ ਅੱਛਾ ਜੀ ਅਸੀਂ ਆਪਣੇ ਬੱਚਿਆਂ ਨੂੰ ਤੁਹਾਡੇ ਕੋਲ ਚੰਗੀ ਅੰਗਰੇਜ਼ੀ ਸਿੱਖਣ ਲਈ ਭੇਜਦੇ ਆਂ ਚੰਗੀ ਹਿੰਦੀ ਸਿੱਖਣ ਲਈ ਭੇਜਦੇ ਆਂ ਰੋਟੀ ਸਾਨੂੰ ਪੰਜਾਬੀ ਨਹੀਂ ਦੇਣੀ ਇਹ ਮਾਪਿਆਂ ਦਾ ਬਦੀਰਾ ਪੁੱਤਰ ਮਰੂਗਾ ਕਿੱਥੇ ਜਾ ਕੇ ਹਮ ਸਾਡੇ ਘਰ ਜਿੰਨੇ ਮਰਗ ਦੇ ਕਾਰਡ ਆਉਂਦੇ ਨੇ ਪਿਛਲੇ ਸਾਲ 2 ਸਾਲ ਦਾ ਮੈਂ ਸਰਵੇ ਦੱਸਿਆ ਮਰਗ ਦਾ ਇੱਕ ਵੀ ਕਾਰਡ ਪੰਜਾਬੀ ਚ ਨਹੀਂ ਆਇਆ। ਵਿਆਹ ਦੇ ਕੁੱਲ 4 ਕੇ 5 ਕਾਰਡ ਆਏ ਨੇ 2300 ਕਾਰਡਾਂ ਦੇ ਵਿੱਚੋਂ ਪਿਛਲੇ ਦੋ ਸਾਲਾਂ ਦੇ ਵਿੱਚ ਜਿਹੜੇ ਪੰਜਾਬੀ ਸੀਗਾ। ਕਿੰਨੇ ਲੇਖਕ ਐਸੇ ਨੇ ਸਾਡੇ ਪੰਜਾਬੀ ਦੇ ਵੀ ਤੇ ਬਾਕੀ ਸੁਸਾਇਟੀ ਦੇ ਸੈਗਮੈਂਟਸ ਵੱਖਰੇ ਵੱਖਰੇ ਦੇ ਜਿਨ੍ਹਾਂ ਦੇ ਘਰਾਂ ਦੇ ਨੇਮਪਲੇਟ ਪੰਜਾਬੀ ਚ ਹੈ ਨਹੀਂ। ਹੁਣ ਸਿੱਧੀ ਜੀ ਗੱਲ ਹੈ ਵੀ ਜੇ ਮੇਰਾ ਸਰਨਾਵਾ ਕਿਸੇ ਨੇ ਜਾਨਣਾ ਹੈ ਤੇ ਮੇਰਾ ਸਰਨਾਵਾ ਪੰਜਾਬੀ ਚ ਬਾਹਰ ਲਿਖਿਆ ਹੋਵੇਗਾ ਤੇ ਸਭ ਕਾ ਪੜ ਲੂ। ਬਹੁਤੀ ਗੱਲ ਬਾਈਲਿੰਗੁਅਲ ਕਰ ਲੋ ਇੱਕ ਵੰਨੇ ਅੰਗਰੇਜ਼ੀ ਲਿਖ ਲਓ ਇੱਕ ਵੰਨੇ ਪੰਜਾਬੀ ਲਿਖ ਲਓ ਹਾਂ ਅੱਛਾ ਮਰਗਦਾ ਭੋਗ ਆ ਫਰਜ਼ ਕੀਤਾ ਵਟਾਲੇ ਤੁਸੀਂ ਭੋਗਦੇ ਜਾਣਾ ਹਾਂ ਆਉਣਾ ਗੁਰਦਾਸਪੁਰੋਂ ਆ ਕਿੱਲਾਲੇਪੁਰ ਭੋਗਦੇ ਜਾਣਾ ਜਾਣਾ ਲੁਧਿਆਣੇ ਆ ਫੁੱਫੜ ਭੂਆ ਮਾਮਾ ਚਾਚਾ ਤਾਂ ਸਾਰੇ ਕੋਈ ਨਾ ਕੋਈ ਲੱਗਦੇ ਨੇ ਆਪਣੇ ਸਾਰੇ ਹਾਂਜੀ ਤੇ ਉਹ ਮਤਲਬ ਅੰਗਰੇਜ਼ੀ ਚ ਕਾਰਡ ਸ਼ਾਪ ਕੇ ਭੇਜਣ ਦਾ ਕੀ ਮਤਲਬ ਹੈ ਕਈ ਕੀ ਰਿਸਟਰ ਇਹੋ ਜਿਹੇ ਨੇ ਅੰਗਰੇਜ਼ੀ ਅੱਖਰ ਜਾਣਦੇ ਕੋਈ ਨਹੀਂ ਉਹਨਾਂ ਚ ਉਹ ਕਿਹਨੂੰ ਭਰੌਣ ਜਾਂਦੇ ਨੇ ਪੜ੍ਹ ਕੇ ਦੱਸੇ ਕੌਣ ਮਰ ਗਿਆ ਸਾਡਾ ਕਾਲਾ ਕਾਲੀ 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 ਪੱਟੀ ਵਾਲਾ ਬੁਕਾਰਦਾ ਹੋ ਕੇ ਮਰਿਆ ਲੱਗਦਾ ਹਾਂਜੀ ਸੋ ਬੁਲਾਮੀ ਬੇਟੇ ਸਾਡੇ ਖੂਨ ਚ ਰਚ ਚੁੱਕੀ ਏ ਅਸੀਂ ਆਪਣੀ ਜ਼ੁਬਾਨ ਦੇ ਸਵੈ ਮਾਨ ਨੂੰ ਖੁਦ ਹੀ ਕੰਮ ਕਰਨ ਨੂੰ ਤਿਆਰ ਨਹੀਂ ਪਰ ਸਾਡੀ ਜਿਹੜੀ ਕੋਸ਼ਿਸ਼ ਹੋਣੀ ਹੋਣੀ ਚਾਹੀਦੀ ਏ ਕਿ ਅਸੀਂ ਰਾਸਤਾ ਭੋਗ ਦੇ ਦਿੱਤੇ ਹਨ ਉਹਨਾਂ ਨੂੰ ਆਖੀ ਏ ਕਿ ਰੋਜ਼ਗਾਰ ਦੇ ਵਿੱਚ ਜ਼ੁਬਾਨ ਦਾ ਹਿੱਸਾ ਵਧਾਇਆ ਜਾਵੇ ਨਾਲ ਦੇ ਤਬਰ ਨੂੰ ਆਖੀ ਏ ਪਰਿਵਾਰਾਂ ਨੂੰ ਆਖੀ ਏ ਕਿਹ ਪਾਈ ਜ਼ਬਾਨ ਕੱਲੀ ਗਿਆਨ ਦੀ ਵਾਹਕ ਨਹੀਂ ਹੁੰਦੀ ਕੈਰੀਅਰ ਨਹੀਂ ਹੁੰਦੀ ਜ਼ਬਾਨ ਕੱਲੀ ਸੰਚਾਰ ਦੀ ਭਾਸ਼ਾ ਨਹੀਂ ਹੁੰਦੀ ਇਹ ਉਹ ਗਿਆਨ ਪੋਟਲੀ ਹੈ ਜਿਹੜੀ ਮੇਰੇ ਪੁਰਖਿਆਂ ਨੇ ਮੇਰੇ ਵੱਡਿਆਂ ਬਡੇਰਿਆਂ ਨੇ ਮੈਨੂੰ ਬੰਨ ਕੇ ਫੜਾ ਦਿੱਤੀ ਵੀ ਗੁਰੂ ਭਜਨ ਸਿਆ ਵੜ ਬਿਲਕੁਲ ਮੈਂ ਕੋ ਆਪਣੇ ਪੁੱਤਰ ਪਨੀਤਪਾਲ ਸਿੰਘ ਨੂੰ ਦੇ ਦੇਣੀ ਹੈ ਉਹਨੇ ਕੋ ਆਪਣੀ ਧੀ ਅਸੀਸ ਨੂੰ ਦੇਣੀ ਹੈ ਇਹ ਉਹ ਗਿਆਨ ਪੋਟਲੀ ਜੇ ਦੇਣ ਚ ਕਿਤੇ ਵੀ ਉਕਾਈ ਹੋਏਗੀ ਤੇ ਨੁਕਸਾਨ ਕੀਦਾ ਹੈ ਮੇਰੇ ਬੱਚੇ ਦਾ ਨੁਕਸਾਨ ਹੈ ਬਿਲਕੁਲ ਗਾਂ ਮੇਰੀ ਪੁੱਤਰੀ ਦਾ ਨੁਕਸਾਨ ਹੈ ਤੇ ਬੇਈਮਾਨ ਕੌਣ ਹੈ ਮੈਂ ਆਪਣੀ ਜਵਾਨ ਨੂੰ ਵੀ ਵਿਰਾਸਤੀ ਜਾਇਦਾਦ ਬੋਲੋ ਤੁਸੀਂ ਇਕੱਲੇ ਇਹ ਨਹੀਂ ਮੈਂ ਪਿਛਲੇ ਦਿਨ ਹੀ ਰੇਡੀਓ ਸੀ ਸ਼ਾਇਦ ਟੀਵੀ ਸੀ ਪਤਨ ਕੈਨੇਡਾ ਦਾ ਕੋਈ ਉਹਦੇ ਨਾਲ ਗੱਲ ਕਰਦਿਆਂ ਗੱਲ ਆਖੀ ਸੀ ਮੈਂ ਕਿਹਾ ਵੀ ਤੁਸੀਂ ਅੱਜ ਆਪਣੇ ਬੱਚਿਆਂ ਨੂੰ ਬਹੁਤ ਵੱਡੇ ਐਸੈਟ ਦੇ ਰੂਪ ਦੇ ਵਿੱਚ ਸੁਰੱਖਿਅਤ ਕਰਨ ਵਾਸਤੇ ਪਰਦੇਸੀ ਧਰਤੀਆਂ ਤੇ ਆ ਗਏ ਮੰਨ ਲਿਆ ਚੰਗੀ ਗੱਲ ਹੈ ਮੈਂ ਰੋਕਦਾ ਨਹੀਂ ਜੇ ਮੈਂ ਨਹੀਂ ਪੁੱਤਰ ਬਾਹਰ ਭੇਜਿਆ ਨਾ ਮੀਨ ਕਿ ਮੇਰਾ ਪੁੱਤਰ ਬਾਹਰ ਜਾਣਾ ਨਹੀਂ ਸੀ ਚਾਹੀਦਾ ਕਈ ਵਾਰ ਮੇਰਾ ਵੀ ਜੀ ਕਰਦਾ ਕਿ ਮੇਰਾ ਪੁੱਤ ਵੀ ਬਾਹਰ ਚਲਾ ਜਾਂਦਾ ਹਾਂਜੀ ਨਹੀਂ ਭੇਜਿਆ ਮੈਂ ਇਹ ਆ ਵੀ ਨਹੀਂ ਗਿਆ ਪਰ ਇਹ ਮਤ ਸੋਚੋ ਕਿ ਤੁਸੀਂ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰ ਦਿੱਤਾ ਤੁਹਾਡੀ ਇਹੀ ਪੁਸ਼ਤ ਸੁਰੱਖਿਅਤ ਹੋਈ ਹੈ ਅਗਲੇ ਪੁਸ਼ਤ ਤੇ ਤੁਹਾਡੇ ਜਿਹੜੇ ਪੁੱਤਰ-ਪੋਤਰੇ ਪੈਦਾ ਹੋਣੇ ਗਾਂ ਉਹਨਾਂ ਨੂੰ ਆਪਣੀ ਧਰਤੀ ਦਾ ਕੋਈ ਮੋਸ ਨੇ ਨਹੀਂ ਹੋਣਾ ਬਿਲਕੁਲ ਇਹ ਗੱਲ ਜਾਣ ਕੇ ਜਾਓ ਇਹ ਪਰਮਤ ਸੋਚੋ ਕਿ ਤੁਹਾਡੀ ਇੱਥੇ ਜ਼ਬਾਨ ਬੱਜ ਜਾਏਗੀ ਮਤ ਸੋਚੋ ਤੁਹਾਨੂੰ ਪਹਿਰਾਵਾ ਬੱਜ ਜਾਏਗਾ ਮਤ ਸੋਚੋ ਤੁਹਾਨੂੰ ਪਕਵਾਨ ਬੱਜ ਜਾਏਗਾ ਮਤ ਸੋਚੋ ਤੁਹਾਨੂੰ ਜੀਵਨ ਵਿਹਾਰ ਬੱਜ ਜਾਏਗਾ ਮਤ ਸੋਚੋ ਕਿ ਤੁਹਾਨੂੰ ਉਹ ਅਣਕੀਲਾ ਸਵੈ ਮਾਣ ਵਾਲਾ ਜਿਹੜਾ ਇੱਕ ਵਿਰਾਸਤੀ ਇਤਿਹਾਸ ਦਾ ਵੱਡਾ ਖਜ਼ਾਨਾ ਆ ਜਿਹੜੇ ਗੌਰਵ ਦੇ ਸਿਰ ਤੇ ਪੰਜਾਬੀ ਅੱਜ ਦੁਨੀਆ ਦੇ ਵਿੱਚ ਆਪਣੇ ਸਰੂਤੋਂ ਕਹਿੰਦੇ ਨੇ ਉਹ ਜਿਉਂਦਾ ਰਹਿ ਸਕੇਗਾ ਸੰਭਵ ਨਹੀਂ ਹੈਗਾ ਕਿਤੇ ਨਾ ਕਿਤੇ ਆਪਾਂ ਇਹ ਜਿਹੜੀ ਤਰਾਸ ਦੀ ਪੰਜਾਬੀਆਂ ਚ ਸਭ ਤੋਂ ਵੱਡੀ ਕਹਿ ਸਕਦੇ ਹਾਂ ਇੱਕ ਮਨਪੱਗ ਹੀ ਕੱਲ ਕਹਿ ਸਕਦੇ ਹਾਂ ਕਿ ਪ੍ਰਵਾਸ ਦੀ ਜਿਹੜੀ ਫਿਤਰਤ ਆ ਇਸ ਟਾਈਮ ਪੰਜਾਬੀਆਂ ਦੇ ਨਹੀਂ ਬਟੇ ਇਸ ਹਦਿਆਂ ਤੋਂ ਈਵਨ ਜਿਹੜੇ ਸਾਡੇ ਵਰਗੇ ਤਿੱਖੇ ਨੱਕਾਂ ਵਾਲੇ ਆ ਆਪਾਂ ਤੂੰ ਵੀ ਤੇ ਇਹ ਮਵੀ ਆ ਹੋਰ ਆ ਬੱਚੇ ਵੀ ਨੇ ਜਿਹੜੇ ਕਰ ਰਹੇ ਨੇ ਸਾਰਾ ਟੈਕਨੀਕਲ ਸਾਈਡ ਤੇ ਅਸੀਂ ਤਿੱਖੇ ਨੱਕਾਂ ਵਾਲੇ ਸਾਰੇ ਪਾਰੋਂ ਆਏ ਹੋਏ ਆ ਪੰਜਾਬ ਦੇ ਵਿੱਚ ਅਸੀਂ ਇੱਥੇ ਨੇਟਿਵ ਨਹੀਂ ਆ ਇੱਥੇ ਨੇਟਿਵ ਤੇ ਉਹ ਨੇ ਜਿਹੜੇ ਜਿਨ੍ਹਾਂ ਨੇ ਨਾਸਾਂ ਚੌੜੀਆਂ ਨੇ ਇਹਨਾਂ ਨੇਟਿਵ ਤਾ ਉਹ ਨੇ ਜਿਵੇਂ ਅਮਰੀਕਾ ਚ ਨੇਟਿਵ ਉਹ ਨੇ ਜਿਨ੍ਹਾਂ ਦੀ ਧੌਣ ਤੇ ਗੋਡਾ ਰੱਖ ਕੇ ਉਹਨਾਂ ਦੀ ਜਾਨ ਲਈ ਜਾਂਦੀ ਹੈ ਅਸੀਂ ਇਸ ਧਰਤੀ ਦੇ ਧੜਵੀ ਆ ਧਰਤੀ ਦੇ ਨੇਟਿਵ ਨਹੀਂ ਹਾਂ ਪ੍ਰਵਾਸ ਸਾਡੇ ਖੂਨ ਚ ਰਚਿਆ ਹੋਇਆ ਜਦੋਂ ਤੁਸੀਂ ਟ੍ਰਾਈਬਸ ਦੀ ਹਿਸਟਰੀ ਪੜ੍ਹਦੇ ਹੋ ਨਾ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਸ ਧਰਤੀ ਦੇ ਵਾਸਤੇ ਬਹੁਤੇ ਲੋਕ ਜਿਹੜੇ ਨੇ ਉਹ ਇਸ ਧਰਤੀ ਦੇ ਮੂਲ ਵਾਸੀ ਨਹੀਂ ਹਨ ਮੂਲ ਵਾਸ ਆਪਣੇ ਆਪ ਚ ਕੋਈ ਸ਼ੈ ਨਹੀਂ ਹੁੰਦਾ ਪਰ ਇਹ ਆ ਕਈ ਲੋਕ ਕਹਿੰਦੇ ਓਏ ਇੱਥੇ ਤਾਂ ਜੇ ਹੁਣ ਸਕੂਲਾਂ ਚ ਪੈਂ ਜਾਂਦੇ ਨੇ ਨਾ ਪੜ੍ਹਨਗੇ ਮੈਂ ਕਿੱਪੜੀਆਂ ਦੀਆਂ ਨਹੀਂ ਪੜ੍ਹਨਗੇ ਫਿਰ ਕੀ ਹੋ ਗਿਆ ਬਈ ਬੱਚੇ ਨੇ ਸਾਡੇ ਨੂੰ ਸੋਹਣੀ ਜ਼ਬਾਨ ਲਿਖਦੇ ਨੇ ਸਾਡੇ ਨੂੰ ਸੋਹਣੀ ਜ਼ਿਕਵਤਾ ਪੜ੍ਹਦੇ ਨੇ ਕਿੰਨੇ ਸਾਲ ਪਹਿਲਾਂ ਦੀ ਗੱਲ ਮੈਨੂੰ ਯਾਦ ਨਹੀਂ ਸਾਲ ਕਿਹੜਾ ਹੋਏਗਾ ਮੈਨੂੰ ਤਾਂ ਲੱਗਦਾ 15 16 ਸਾਲ 17 ਸਾਲ ਹੀ ਹੋ ਗਏ ਹੋਣੇ ਰਵਿੰਦਰ ਗਰੇਵਾਲ ਨੇ ਗੀਤ ਰਿਕਾਰਡ ਕੀਤਾ ਉਹ ਮੁੰਡਾ ਤਿਵਾੜੀ ਇੱਥੇ ਕਿਸੇ ਫੈਕਟਰੀ ਚ ਫੋਰਮੈਨ ਸੀ ਯੂਪੀ ਦਾ ਸੀ ਦੋਵਾਂ ਭਾਈਆਂ ਵਿੱਚ ਹੋਇਆ ਵਟਵਾਰਾ ਘਰ ਦੀ ਜ਼ਮੀਨ ਵੰਡ ਲਈ ਉਹਨੇ ਗੀਤ ਲਿਖਿਆ ਪੰਜਾਬ ਦੀ ਸਤਰਸ ਦੀ ਤੇ ਅੱਛਾ ਸਾਡੀ ਜ਼ਬਾਨ ਦਾ ਬਹੁਤ ਸਮਰੱਥ ਕਵੀ ਹੈ ਮੁੰਡਾ ਸਤਪਾਲ ਪਿੱਖੀ ਪਟਿਆਲੇ ਲਖਮੀਂਦਰਪੁਰ ਪਿੱਖੀ ਰਹਿੰਦਾ ਮੁੰਡਾ ਹਾਂ ਜੀ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਨੇ ਹਾਂ ਜੀ ਔਰ ਸਾਡੇ ਇੰਟੈਲੈਕਚੁਅਲਸ ਦੇ ਵਿੱਚੋਂ ਜਿਹੜੇ ਨਾਮਵਰ ਲੋਕ ਨੇ ਉਹਨਾਂ ਦੇ ਵਿੱਚ ਦੋਵੇਂ ਆਉਂਦੇ ਨੇ ਦੋਵੇਂ ਸਕੇ ਭਰਾ ਨੇ ਇਸ ਕਰਕੇ ਜਿਹੜੀ ਸਪੇਸ ਅਸੀਂ ਖਾਲੀ ਕਰਾਂਗੇ ਉਹ ਕਿਸੇ ਨੇ ਤਾਂ ਭਰਨੀ ਹੈ ਤੇ ਜਿਹਨੇ ਭਰਨੀ ਹੈ ਉਹਨੇ ਸਿਫਤੀ ਢੰਗ ਨਾਲ ਜੇ ਭਰਨੀ ਹੈ ਤਾਂ ਉਹ ਪੰਜਾਬ ਦਾ ਕੋਈ ਨੁਕਸਾਨ ਲੰਮਾ ਚੌੜਾ ਨਹੀਂ ਹੈ ਪਰ ਪੰਜਾਬ ਦਾ ਇਹ ਨੁਕਸਾਨ ਹੈਗਾ ਕਿ ਪੰਜਾਬੀ ਜਦੋਂ ਜਾਂਦਾ ਪ੍ਰਦੇਸੀ ਧਰਤੀ ਤੇ ਉੱਥੇ ਉਸ ਹਿਸਾਬ ਨਾਲ ਕੰਟ੍ਰਿਬਿਊਟ ਨਹੀਂ ਕਰ ਸਕਦਾ ਜਿਸ ਹਿਸਾਬ ਨਾਲ ਆਪਣੀ ਧਰਤੀ 'ਚ ਕਰ ਸਕਦਾ ਸੀ ਪਰ ਧਰਤੀ ਦੀ ਮਾੜੀ ਗਵਰਨੈਂਸ ਕਰਕੇ ਕੱਲੀ 2-3 ਸਾਲਾਂ ਤੋਂ ਨਹੀਂ ਦਹਾਕਿਆਂ ਤੋਂ ਇੱਥੇ ਮਾੜੀ ਗਵਰਨੈਂਸ ਮਿਲਣ ਕਰਕੇ ਹਰ ਬੰਦੇ ਦਾ ਵਿਸਾਹ ਘਾਤ ਹੋ ਗਿਆ ਉਹ ਇੱਥੇ ਵਿਸ਼ਵਾਸ ਨਹੀਂ ਕਰਦਾ ਕਿ ਮੈਂ ਇਸ ਧਰਤੀ ਤੇ ਰਹਿ ਕੇ ਆਪਣੇ ਬੱਚੇ ਨੂੰ ਜਾਂ ਆਪਣੇ ਪਰਿਵਾਰ ਨੂੰ ਪਾਲਣ ਦੇ ਸਮਰੱਥ ਆ ਸਕਾਂਗਾ ਸੋ ਲੋਕ ਸਾਨੂੰ ਆਪਣੀ ਗਵਰਨੈਂਸ ਸੁਧਾਰਨ ਦੀ ਆਪਿਆ ਉਹਦੇ ਵਿੱਚ ਜ਼ਬਾਨ ਦਾ ਮਸਲਾ ਆਉਂਦਾ ਹੈ ਪਰ ਮੈਂ ਇੱਕ ਗੱਲ ਹੈ ਜਿਹੜੀ ਮੈਂ ਆਪਣੇ ਤੌਰ ਤੇ ਵੀ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਤਰਨਵਰ ਜਿਹੜੇ ਪੰਡਿਤ ਤਰਨਵਰ ਰਾਓ ਨੇ ਉਹਨਾਂ ਨੇ ਜਦੋਂ ਇੱਕ ਝੰਡਾ ਚੁੱਕਿਆ ਸੀਗਾ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਚੰਡੀਗੜ੍ਹ ਚ ਕਿਉਂਕਿ ਉਹ ਅਧਿਆਪਕ ਦਾ ਜਿਹੜਾ ਉਹਨਾਂ ਦਾ ਉੱਥੇ ਗਵਰਨਮੈਂਟ ਕਾਲਜ ਚ ਪ੍ਰੋਫੈਸਰ ਨੇ ਤਾਂ ਉਹਨਾਂ ਨੇ ਜਦੋਂ ਇਹ ਝੰਡਾ ਚੁੱਕਿਆ ਸੀ ਕਿ ਕਿ ਜਿਹੜੇ ਬੋਰਡ ਤੇ ਨੇ ਸਭ ਤੋਂ ਪਹਿਲਾਂ ਜਿਹੜੀ ਅਹਿਮੀਅਤ ਆ ਉਹ ਪੰਜਾਬੀ ਨੂੰ ਦਿੱਤੀ ਜਾਵੇ ਤਾਂ ਉਸ ਵੇਲੇ ਇਹ ਇੱਕ ਬਹੁਤ ਕਹਿ ਸਕਦੇ ਹਾਂ ਕਿ ਹੈਰਾਨੀ ਵਾਲੀ ਗੱਲ ਸੀ ਕਿ ਜਿਹੜੇ ਲੋਕ ਤੁਸੀਂ ਵੀ ਉਹਦੇ ਵਿੱਚ ਮੈਂ ਗਿਣਦੀ ਆ ਤੁਹਾਨੂੰ ਕਿਉਂਕਿ ਤੁਸੀਂ ਪੰਜਾਬ ਸਾਹਿਤ ਅਕਾਦਮੀ ਦੇ ਬਹੁਤ ਲੰਮਾ ਸਮਾਂ ਪ੍ਰਧਾਨ ਰਹੇ ਆ ਕਿ ਉਹਨਾਂ ਨਾਲ ਇੱਕ ਮੰਚ ਤੇ ਜਾ ਕੇ ਪੰਜਾਬੀ ਦੇ ਸ਼ਾਇਰੀ ਦੀ ਕੋਈ ਲੇਖਕ ਖੜਿਆ ਹੋਵੇ ਜਿਨ੍ਹਾਂ ਨੇ ਕਿਹਾ ਹੋਵੇ ਕਿ ਹਾਂ ਇੱਕ ਬਾਹਰੋਂ ਆ ਕੇ ਬੰਦਾ ਜਿਹੜਾ ਸਾਡੀ ਜ਼ੁਬਾਨ ਦੀ ਗੱਲ ਕਰ ਰਿਹਾ ਹੈ ਦੇਖੋ ਬੇਟੇ ਗੱਲ ਵਧੀ ਸੁਣ ਲੈ ਕਲੀਅਰ ਕੱਟ ਹੈ ਕਿ ਭਾਵੇਂ ਤੇ ਪੰਡਿਤ ਧਨੇਸ਼ਵਰ ਹੋਵੇ ਹਾਂਜੀ ਤੇ ਭਾਵੇਂ ਕੋਈ ਹੋਰ ਸੱਜਣ ਪਿਆਰਾ ਹੋਵੇ ਹੂੰ ਇਹ ਸਾਡੀ ਜ਼ੁਬਾਨ ਦੀ ਲੜਾਈ ਲੜਨ ਵਾਲੇ ਸੂਰਮੇ ਨਹੀਂ ਹਨ ਇਹ ਮਰ ਕੇ 바ਜੀ ਹੈ ਜਿਹੜੀ ਜ਼ਿੰਮੇਵਾਰੀ ਉਹਨੂੰ ਦਿੱਤੀ ਗਈ ਹੈ ਜਿਹੜਾ ਜੋ ਸਬਜੈਕਟ ਪੜਾਉਂਦਾ ਸੋਸ਼ੀਆਲੋਜੀ ਜਾਂ ਜਿਹੜਾ ਜੋ ਵੀ ਪੜਾਉਂਦਾ ਉਹ ਉਹ ਉੱਥੇ ਚੱਜਣਾ ਪੜਾ ਲਵੇ ਤੇ ਮੈਂ ਕਹਿੰਦਾ ਉਹ ਜ਼ਿਆਦਾ ਠੀਕ ਹੈ ਜਿੰਨਾ ਉਹ ਫੇਰਾ ਤੋਰਾ ਰੱਖਦਾ ਜਿੰਨਾ ਕਦੇ ਤਖਤਾ ਚੁੱਕ ਕੇ ਖੰਨੇ ਪਹੁੰਚ ਗਿਆ ਕਦੇ ਤਖਤਾ ਚੁੱਕ ਕੇ ਮੂਸੇ ਵਾਲੇ ਦੇ ਪਿੰਡ ਪਹੁੰਚ ਗਿਆ ਕਦੇ ਤਖਤਾ ਚੁੱਕ ਕੇ ਕਿਤੇ ਪਹੁੰਚ ਗਿਆ ਇੰਨੀਆਂ ਛੁੱਟੀਆਂ ਸਰਕਾਰੀ ਤੰਤਰ ਚ ਮਿਲਦੀਆਂ ਨਹੀਂ ਹਨ ਮਤ ਸੋਚੋ ਹਾਂਜੀ ਮਤ ਸੋਚੋ ਕਿ ਅਸੀਂ ਨੌਕਰੀਆਂ ਨਹੀਂ ਕੀਤੀਆਂ ਇਹ ਸਾਰੀ ਮਾਰ ਕੇ ਬਾਜੀ ਲੈਂਗੁਏਜ ਦਾ ਵਿਕਾਸ ਨਹੀਂ ਕਰਦੀ ਭਾਸ਼ਾ ਦਾ ਵਿਕਾਸ ਨਹੀਂ ਕਰਦੀ। ਹੂੰ। ਲੋੜ ਜਿਹੜੀ ਗੱਲ ਦੀ ਹੈ ਕਿ ਤਨੇਸ਼ਵਰ ਹੋ ਜੀ ਹੋਣ ਜਾਂ ਕੋਈ ਹੋਰ ਸੱਜਣ ਪਿਆਰਾ ਹੋਵੇ ਸਾਰਿਆਂ ਨੂੰ ਸਿਰ ਜੋੜਨ ਦੀ ਲੋੜ ਆ ਕਿ ਪਹਿਲਾਂ ਤਾਂ ਸੰਸਥਾਵਾਂ ਨਾਲ ਰابطਾ ਕਰੇ ਬੰਦਾ। ਹੂੰ। ਕਿ ਆਹ ਅਜੰਡਾ ਇਹ ਤੇ ਆਪਾਂ ਰਲ ਕੇ ਮਿਨੀਮਮ ਕਾਮਨ ਪ੍ਰੋਗਰਾਮ ਕੀ ਹੋ ਸਕਦਾ ਸਾਡਾ। ਹਾਂਜੀ। ਉਹਦੇ ਵਿੱਚ ਪੰਜਾਬੀ ਸਹਿਦ ਅਕੈਡਮੀ ਨੂੰ ਸ਼ਾਮਲ ਕਰਨਾ, ਉਹਦੇ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਸ਼ਾਮਲ ਕਰਨਾ, ਉਹਦੇ ਹੋਰ ਸੰਸਥਾਵਾਂ ਨੂੰ ਸ਼ਾਮਲ ਕਰਨਾ, ਸਰਕਾਰੀ ਤੰਤਰ ਦੇ ਵਿੱਚ ਜਿਹੜੇ ਅਧਿਕਾਰੀ ਲੋਕ ਨੇ ਉਹਨਾਂ ਨਾਲ ਮੀਟਿੰਗਸ ਕਰਨ। ਹੂੰ। ਕਿਉਂਕਿ ਜਿੰਨਾ ਚਿਰ ਨੀਤੀ ਨਹੀਂ ਬਣਦੀ ਫਰਜ਼ ਕੀਤਾ ਇੱਕ ਰੂਟ ਤੇ ਅਸੀਂ ਬੱਸਾਂ ਦੇ ਉੱਤੇ ਚੱਲਣ ਵਾਲਿਆਂ ਨੂੰ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹਨਾਂ ਦੇ ਉੱਤੇ ਅਸੀਂ ਪੰਜਾਬੀ ਧੱਕੇ ਨਾਲ ਲਿਖ ਵੀ ਦੇਾਂਗੇ। ਹੂੰ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਕਿ ਤੁਸੀਂ ਪਈ ਸਰਕਾਰੀ ਸੰਪਤੀਆਂ ਨੂੰ ਨੁਕਸਾਨ ਕੀਤਾ। ਉਹ ਤਾਂ ਬੈਟਰ ਨਹੀਂ ਕਿ ਅਸੀਂ ਟੇਬਲ ਤੇ ਬੈਠ ਕੇ ਗੱਲ ਕਰ ਸਕੀਏ। ਹਾਂਜੀ ਬਾਕੀ ਇੱਕ ਗੱਲ ਕਦੇ ਨਾ ਵਿਸਾਰੀਏ ਕਿ ਰਾਜ ਭਾਸ਼ਾ ਐਕਟ ਪਹਿਲਾਂ ਪੜੀ ਹੈ। ਹੂੰ ਰਾਜ ਭਾਸ਼ਾ ਐਕਟ ਪੜਨ ਤੋਂ ਬਾਅਦ ਜਿੱਥੇ-ਜਿੱਥੇ ਨਹੀਂ ਕਾਰਵਾਈ ਹੋ ਰਹੀ ਉਸ ਕਾਰਵਾਈ ਨੂੰ ਅੱਗੇ ਤੋਰਨ ਦੇ ਰਾ ਤੁਰਿਏ ਅਸੀਂ ਬਿਨਾ ਪੜਿਆ ਜਦੋਂ ਜਿਹੜੀ ਗੱਲ ਸੁਝੀ ਉਧਰ ਨੂੰ ਤੁਰ ਪਏ ਇਹ 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 ਵਰਤਾਰਾ ਮਾਰ ਕੇ ਬਾਜੀ ਵਾਲੇ ਵਰਤਾਰਾ ਇਹ ਅਲਟੀਮੇਟਲੀ ਤੁਹਾਡੇ ਜਥੇਬੰਦਕ ਨਿظام 'ਚ ਕੰਮ ਕਰਨ ਵਾਲੇ ਬੰਦਿਆਂ ਦਾ ਵੀ ਨੁਕਸਾਨ ਕਰਦਾ ਹੈ ਉਹਨਾਂ ਦਾ ਮਜ਼ਾਕ ਬਣਦਾ ਉਹ ਉਦਾਸ ਹੁੰਦੇ ਨੇ ਉਹ ਡਾਇਲਗ ਖਤਮ ਕਰ ਜਾਂਦੇ ਨੇ ਬਾਕੀ ਜਿੰਨਾ ਯੋਗਦਾਨ ਪੰਡਿਤ ਨੀਸ਼ਵਰ ਦਾ ਹੈਗਾ ਉਹ ਕਿਈ ਗੁਣਾ ਵਧਾ ਅਸਰ ਵਾਲਾ ਹੋ ਸਕਦਾ ਸੀ ਜੇਕਰ ਉਹ ਸਿੱਧਤ ਹੁੰਦਾ ਇੱਕ ਜਥੇਬੰਦਕ ਨਿਜ਼ਾਮ ਦੇ ਵਿੱਚ ਡਿਸਪਲਿਨ ਫੋਰਸ ਦੇ ਰੂਪ ਦੇ ਵਿੱਚ ਹੁੰਦਾ ਮੈਂ ਨਹੀਂ ਕਹਿੰਦਾ ਕਿ ਉਸ ਬੰਦੇ ਦੇ ਚਿੱਤ 'ਚ ਬੇਈਮਾਨੀ ਹੈ ਬਿਲਕੁਲ ਨਹੀਂ ਉਹ ਇਮਾਨਦਾਰੀ ਨਾਲ ਕਰਨਾ ਚਾਹੁੰਦਾ ਸੀ ਤਾਂ ਉਹਨੂੰ ਜਥੇਬੰਦੀਆਂ ਨੂੰ ਨਾਲ-ਨਾਲ ਸੁਚੇਤ ਪੱਤਰ ਦੇ ਉੱਤੇ ਨਾਲ ਡਾਇਲੌਗ ਕਰਨਾ ਚਾਹੀਦਾ ਸੀ ਮੈਂ ਕਈ ਮਾਮਲੇ ਐਸੇ ਜਾਣਦਾ ਜਿਦੇ ਵਿੱਚ ਕਿਤੇ ਵੀ ਕਿਸੇ ਵਿਅਕਤੀ ਨੇ ਸੰਸਥਾ ਨਾਲ ਰابطਾ ਨਹੀਂ ਕੀਤਾ ਵਿਅਕਤੀ ਨਾਲ ਕੀਤਾ ਫਿਰ ਜਿਦਾ ਮੈਨੂੰ ਕਿ ਟੱਕਰ ਗਿਆ ਕੋਈ ਬੰਦਾ ਕਿਹਦੇ ਟੱਕਰ ਗਿਆ ਉਨੇ ਮੈਨੂੰ ਕਹਿੰਦੇ ਤੁਸੀਂ ਗਿਰ ਸਾਹਿਬ ਕੀ ਕਰਦੇ ਹੋ ਜੀ ਤੁਸੀਂ ਇਹ ਵੀ ਨਹੀਂ ਕਰ ਸਕਦੇ ਜੀ ਸੁਰਜੀਤ ਪਾਤਲ ਜੀ ਟੱਕਰ ਕੇ ਸੁਰਜੀਤ ਪਾਤਲ ਜੀ ਨੇ ਕਰ ਲਿਆ ਜੇ ਅਗੋਂ ਕੋਈ ਹੋ ਟੱਕਰ ਗਿਆ ਤੇ ਉਹਦੇ ਨੇ ਕਰ ਲਈ ਗੱਲ ਇਹ ਇਹ ਵਿਅਕਤੀਗਤ ਯਤਨ ਨੇ ਇਹ ਇਹ ਜਥੇਬੰਦਕ ਨਿਜ਼ਾਮ ਦੀ ਉਹਨਾਂ ਨੂੰ ਪੁੱਛੋ ਤੁਹਾਡੀ ਮੀਟਿੰਗ ਕਦੋਂ ਵੀ ਮੈਂ ਮੀਟਿੰਗ ਜਾ ਕੇ ਆਪਣਾ ਮਸਲਾ ਪੋਟ ਕਰਨਾ ਚਾਹੁੰਨਾ ਜੋ ਰਾਇਮਾ ਬਣੇ ਉਹਦੇ ਮੁਤਾਬਕ ਅੱਗੇ ਤਰਫੋਂ ਜਿਹੜੀ ਕਰਨ ਵਾਲੀ ਗੱਲ ਹੈ ਜਿੱਥੇ ਬੰਦਿਕ ਨਜਾਮ ਦੀ ਤੁਸੀਂ ਗੱਲ ਕਰਦੇ ਹੋ ਪਰ ਜੇ ਮੈਂ ਮੈਂ बार-बार ਤੁਸੀਂ ਕਹੋਗੇ ਕਿ ਤੂੰ ਰੁਪਿੰਦਰ ਮੇਰੇ ਤੇ ਹੀ ਆ ਰਹੀ ਆ ਪਰ ਫਿਰ ਵੀ ਮੈਂ ਇਹ ਹੀ ਗੱਲ ਕਹਿਣਾ ਚਾਹਾਂਗੀ ਕਿ ਇੱਕ ਸਰਕਾਰੀ ਧਿਰ ਨਾਲ ਹਨਾ ਬਿਆਨ ਸਿੰਘ ਤੋਂ ਲੈ ਕੇ ਰਵਨੀ ਸਿੰਘ ਬਿੱਟੂ ਹੁਣਾਂ ਤੱਕ ਤੁਹਾਡੀ ਬਹੁਤ ਗੁੜੀ ਸਾਝ ਰਹੀ ਆ ਹੁਣ ਵੀ ਜਿਹੜੇ ਕਾਂਗਰਸ ਦੇ ਮਿਨਿਸਟਰਸ ਨੇ ਬਹੁਤ ਜਾਣਿਆਂ ਦਾ ਜ਼ਿਕਰ ਆਉਂਦਾ ਜਿਨ੍ਹਾਂ ਨਾਲ ਤੁਹਾਡਾ ਬਹੁਤ ਚੰਗਾ ਉੱਠਣਾ ਬੈਠਣਾ ਪਰ ਕੀ ਅਸਾਹਿਤ ਕਦਮੀ ਦੇ ਪ੍ਰਧਾਨ ਹੋਣ ਦੇ ਨਾਤੇ ਪਹਿਲਾਂ ਵੀ ਕਾਂਗਰਸ ਦੀ ਸਰਕਾਰ ਆਈ ਹੋਗੀ ਤੁਸੀਂ ਇਹਨਾਂ ਚੀਜ਼ਾਂ ਨੂੰ ਇੱਕ ਢਾਂਚੇ ਦੇ ਰੂਪ ਵਿੱਚ ਬਣਾ ਕੇ ਰੱਖਣਾ ਨਹੀਂ ਚਾਇਆ ਮੈਂ ਬੇਟੇ ਪਹਿਲੀ ਗੱਲ ਸਪਸ਼ਟ ਦੱਸ ਦਿਆਂ ਹਾਂ ਕਿ ਮੇਰਾ ਕਿਸੇ ਕਾਂਗਰਸ ਕਿਸੇ ਅਕਾਲੀ ਕਿਸੇ ਭਾਜਪਾ ਨਾਲ ਰابطਾ ਨਹੀਂ ਹੈਗਾ ਮੇਰਾ ਇੰਡੀਵਿਜੂਅਲਸ ਨਾਲ ਰابطਾ ਹੈ ਹਮ ਅਕਾਲੀ ਸਰਕਾਰ ਵੇਲੇ ਵੀ ਕੋਈ ਵਜ਼ੀਰ ਐਸਾ ਨਹੀਂ ਸੀ ਹੈਗਾ ਖਾਸ ਕਰਕੇ ਭਾਸ਼ਾ ਨਾਲ ਸੁਤੰਤਰ ਵਿਕਾਸ ਨਾਲ ਸੁਮੰਦਰ ਜਿਸ ਦਾ ਮੇਰਾ ਡਾਇਲੌਗ ਨਾ ਹੋਇਆ ਹੋਵੇ ਪਾਵੇ ਉਹ ਸਰ ਸਿਵਾ ਸਿੰਘ ਸੇਖਵਾ ਸੀ ਸਿਵਾ ਸਿੰਘ ਸੇਖਵਾ ਵੇਲੇ ਅਸੀਂ ਲਾਇਬ੍ਰੇਰੀ ਐਕਟ ਉਦੋਂ ਮੈ ਅਕੈਡਮੀ ਦਾ ਪ੍ਰਧਾਨ ਸੀ ਹਾਂਜੀ ਲਾਇਬ੍ਰੇਰੀ ਐਕਟ ਦਾ ਡਰਾਫਟ ਮੁਕੰਮਲ ਕਰਕੇ 12-13 ਮੀਟਿੰਗਸ ਕਰਕੇ ਸਕੂਲ ਸਿੱਖਿਆ ਬੋਰਡ ਦੀ ਮੀਟਿੰਗਾਂ ਸਾਡੀਆਂ ਹੁੰਦੀਆਂ ਸੀ ਉਹ ਡਰਾਫਟ ਤਿਆਰ ਕਰਕੇ ਸਦਨਤਕ ਪ੍ਰਵਾਨਗੀ ਵਾਸਤੇ ਮੁੱਖ ਮੰਤਰੀ ਤੱਕ ਪਹੁੰਚਾ ਦਿੱਤਾ ਸੀ ਮੁੱਖ ਮੰਤਰੀ ਨੇ ਸਦਨਤਕ ਪ੍ਰਵਾਨਗੀ ਵੀ ਦੇ ਦਿੱਤੀ ਸੀ ਅਸੈਂਬਲੀ ਉਦੋਂ ਬਾਅਦ ਚ ਕਿਉਂਕਿ ਅਗਲੀ ਨਵੀਂ ਫਾਰਮ ਹੋ ਜਾਣੀ ਸੀ 12 ਦੇ ਵਿੱਚ ਉਹਦੇ 'ਚ ਨਹੀਂ ਜਾ ਸਕਿਆ ਇਸ ਕਰਕੇ ਅਸੀਂ ਰਾਜਪਾਲਾ ਐਕਟ ਦੇ ਬਰਾਬਰ ਇੱਕ ਲਾਇਬ੍ਰੇਰੀ ਐਕਟ ਜਦੋਂ ਬਣਾਉਣ ਦੀ ਗੱਲ ਸ਼ੁਰੂ ਕੀਤੀ ਤਾਂ ਉਹ ਸਾਡਾ ਇੱਕ ਜਥੇਬੰਦਕ ਨਿਜ਼ਾਮ ਦਾ ਕੀਤਾ ਹੋਇਆ ਕੰਮ ਸੀ ਉੱਤੇ ਪਹਿਰੇਦਾਰੀ ਅਗਲੀ ਹਕੂਮਤ ਨੇ ਕਰਨੀ ਸੀ ਅਗਲੀ ਹਕੂਮਤ ਨੇ ਕਿਉਂਕਿ ਪਹਿਲੇ ਮੰਤਰੀ ਦੇ ਕੰਮਾਂ ਦੇ ਉੱਤੇ ਲਕੀਰ ਫੇਰਦੇ ਨੇ ਪੁਰਾਣੇ ਨਵੇਂ ਮੰਤਰੀ ਜਿਹੜੇ ਨੇ ਉਦੋਂ ਬਸ ਦਾ ਸਕੰਦਰ ਸਿੰਘ ਮਲੂਕਾ ਆਕੇ ਹਾਂ ਉਹਨਾਂ ਨੂੰ ਜਦੋਂ ਇਹ ਕਿਹਾ ਗਿਆ ਤੇ ਉਹਨਾਂ ਨੇ ਕਿਹਾ ਯਾਰ ਬਾਕੀ ਜੋ ਮਰਜ਼ੀ ਹੈ ਮੈਂ ਉਹ ਹਰ ਕੰਮ ਨੂੰ ਰਿਵਿਊ ਕਰਨਾ ਜਿਹੜਾ ਸੇਖੋਂ ਸਾਬ ਕਰ ਗਏ ਨੇ ਮੈਂ ਉਹਨੂੰ ਰਿਵਿਊ ਕਰਾਂਗਾ ਹਾਂਜੀ ਉਦੋਂ ਬਾਅਦ ਵਿੱਚ ਕੁਝ ਬੰਦਿਆਂ ਨੇ ਕਿ ਰਾਜਪਾਲ ਐਕਟ ਦੀ ਤਾਂ ਲੋੜ ਹੈਗੀ ਹੈਗੀ ਇਹ ਲਾਇਬ੍ਰੇਰੀ ਐਕਟ ਦੀ ਲੋੜ ਹੀ ਨਹੀਂ ਹੈ ਜਦ ਕਿ ਇਹ ਗੱਲ ਜਾਣਦੇ ਹੈ ਕਿ ਕਿਤਾਬ ਜੇ ਜੀਵੇਗੀ ਤਾਂ ਜ਼ਬਾਨ ਨੇ ਜੀਣਾ ਬਿਲਕੁਲ ਤੇ ਕਿਤਾਬ ਤਾਂ ਜਣੀ ਜੇ ਘਰ ਘਰ ਕਿਤਾਬ ਪਹੁੰਚਦੀ ਹੈ ਤਾਂ ਉਹ ਲਾਇਬ੍ਰੇਰੀ ਐਕਟ ਬਿਨਾਂ ਸੰਭਵ ਹੀ ਨਹੀਂ ਹੈਗਾ ਕਿੰਨੀਆਂ ਸੈਂਟਰਲ ਸਕੀਮਸ ਦੀਆਂ ਜਿਹੜੀਆਂ ਗ੍ਰਾਂਟਸ ਨੇ ਹੋ ਇਸ ਵਾਸਤੇ ਨਹੀਂ ਪਹੁੰਚਦੀ ਪੰਜਾਬ ਦੇ ਵਿੱਚ ਕਿਉਂਕਿ ਉਹ ਸ਼ਰਤਾਂ ਪੂਰੀਆਂ ਨਹੀਂ ਅਸੀਂ ਕਰਦੇ ਹਾਂਜੀ ਪਹਿਲੀ ਗੱਲ ਦੂਸਰੀ ਗੱਲ ਕਦੇ ਨਾ ਭੁੱਲਿਓ ਕਿ ਮੈਂ ਜਿਹੜੀ ਅਕੈਡਮੀ ਦਾ ਪ੍ਰੈਜ਼ੀਡੈਂਟ ਰਿਆਂ ਉਹਦੀ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਏ ਉਹ ਰਾਜਪਾਸ਼ਾ ਐਕਟ ਨੂੰ ਲਾਗੂ ਕਰਨਾ ਜਾਂ ਇਨਫੋਰਸਮੈਂਟ ਕਰਨਾ ਨਹੀਂ ਹੈ ਉਹਦਾ ਕੰਮ ਉਹ ਟੂਲਸ ਤਿਆਰ ਕਰਨੇ ਨੇ ਜਿਹੜੇ ਅਕੈਡਮਿਕਸ 'ਚ ਕੰਮ ਆਉਂਦੇ ਨੇ ਅਲੋਚਨਾ ਦੀਆਂ ਕਿਤਾਬਾਂ ਪੰਜਾਬੀ ਸਾਹਿਦ ਦੇ ਇਤਿਹਾਸ ਦੀਆਂ ਕਿਤਾਬਾਂ ਨਵੀਆਂ ਪ੍ਰਵਿਰਤੀਆਂ ਬਾਰੇ ਸੈਮੀਨਾਰਸ ਨਵੀਆਂ ਪ੍ਰਵਿਰਤੀਆਂ ਬਾਰੇ ਐਕਟੀਵਿਟੀਆਂ ਤਾਂ ਕਿ ਯੂਨੀਵਰਸਟੀਆਂ ਕਾਲਜਾਂ ਦੇ ਟੀਚਰਸ ਨੂੰ ਉਹ ਸਾਰੇ ਕਾਰਤੂਸ ਮਿਲ ਸਕਣ ਇਹਨਾਂ ਦੀ ਉਹਨਾਂ ਨੂੰ ਲੋਡ ਅਕੈਡਮਿਕਸ ਦੇ ਵਿੱਚ ਜਦੋਂ 2002 ਦੇ ਵਿੱਚ ਸੁਰਜੀਤ ਪਾਤਰ ਸਾਹਿਬ ਪ੍ਰਧਾਨ ਬਣੇ ਤੇ ਮੈਂ ਉਹਨਾਂ ਦਾ ਸੀਨੀਅਰ ਮੀਤ ਪ੍ਰਧਾਨ ਸੀ ਤੇ ਉਦੋਂ ਤੋਂ ਲੈ ਕੇ ਮੇਰੇ 2014 ਤੱਕ ਪ੍ਰਧਾਨ ਰਹਿਣ ਤੱਕ ਅਸੀਂ ਘੱਟੋ-ਘੱਟ ਕੋਈ 45 ਦੇ ਕਿਤਾਬਾਂ ਜਿਹੜੀਆਂ ਨੇ ਵੱਖਰੀ ਵੱਖਰੀ ਪ੍ਰਿੰਟ ਕੀਤੀਆਂ ਉਹ ਕਿਤਾਬਾਂ ਕੁਝ ਨਵੀਆਂ ਲਿਖਵਾਈਆਂ ਔਰ ਉਸ ਤੋਂ ਬਾਅਦ ਮੈਂ ਪ੍ਰਧਾਨਗੀ ਤੋਂ ਜਦੋਂ ਪੱਲਾੰਬੇ ਹਟ ਗਿਆ ਮੇਰੇ ਤੋਂ ਅਗਲਾ ਪ੍ਰਧਾਨ ਰਾਜ ਸੁਦੇਵ ਸਿੰਘ ਸੀ 4 ਸਾਲ ਉਹ ਪ੍ਰਧਾਨ ਰਿਹਾ ਉਹਦੇ ਵਿੱਚ ਵੀ ਅਸੀਂ 35-40 ਕਿਤਾਬਾਂ ਹੋਰ ਨਵੀਆਂ ਪਬਲਿਸ਼ ਕੀਤੀਆਂ। ਹੁਣ ਪ੍ਰਸਿਰਵਿੰਦਰ ਪੱਤਰ ਪ੍ਰੈਜ਼ੀਡੈਂਟ ਨੇ। ਐਸੇ ਲਈ ਪਾਈਪਲਾਈਨ ਸਾਡੀਆਂ 15-16 ਕਿਤਾਬਾਂ ਨਵੀਆਂ ਪਈਆਂ ਹੋਈਆਂ ਨੇ। ਲਗਭਗ 100 ਦਾ ਸਾਡਾ ਟੀਚਾ ਕਿ ਅਸੀਂ ਇਹਨਾਂ ਸਾਲਾਂ ਦੇ ਵਿੱਚ 100 ਕਿਤਾਬ ਨਵੀਂ ਜਿਹੜੀ ਹੈਗੀ ਪਬਲਿਸ਼ ਕਰ ਦੇਣੀ ਹੈ। ਉਹਨੂੰ ਫਿਰ ਡਿਸਟ੍ਰੀਬਿਊਟ ਦਾ ਸਿਸਟਮ ਅਸੀਂ ਡਿਵੈਲਪ ਕੀਤਾ। ਪੰਜਾਬੀ ਭਵਨ ਦੇ ਵਿੱਚ ਅਸੀਂ ਇੱਕ ਪੁਸਤਕ ਬਾਜ਼ਾਰ ਬਣਾਇਆ ਜਿੱਥੇ 8-9 ਕਿਤਾਬਾਂ ਦੀਆਂ ਦੁਕਾਨਾਂ ਨੇ ਇਸ ਵੇਲੇ। ਸਸਤੇ ਭਾਅ ਦੇ ਦਿੱਤੀਆਂ ਹੋਈਆਂ ਤਾਂ ਕਿ ਮਜ਼ਹਰ ਹਰ ਬੰਦਾ ਖਰੀਦ ਸਕੇ। ਹੁਣ ਅੱਜ ਲੁਧਿਆਣ ਲਗਭਗ 70000 ਦੀ ਸਾਡੀ ਲਾਇਬ੍ਰੇਰੀ ਹੈ ਉੱਥੇ ਰਿਸਰਚਰਸ ਆਉਂਦੇ ਨੇ ਉਹਨਾਂ ਦੀ ਕੋਈ ਫੀਸ ਨਹੀਂ ਕੋਈ ਉਹਨਾਂ ਨੂੰ ਰਜਿਸਟ੍ਰੇਸ਼ਨ ਨਹੀਂ ਦੇਣੀ ਪੈਂਦੀ ਉਹਨਾਂ ਨੂੰ ਉੱਥੇ ਬਕਾਇਦਾ ਹਰ ਸੇਵਾ ਦਿੱਤੀ ਜਾਂਦੀ ਹੈ ਪੰਜਾਬ ਦੀਆਂ ਵੱਖ-ਵੱਖਰੀਆਂ ਨੁਕਰਾਂ ਦੇ ਵਿੱਚ ਸੈਮੀਨਾਰਸ ਨੇ ਜਿਹਦੇ ਵਿੱਚ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਪ੍ਰੋਫੈਸਰ ਅਸੀਂ ਸ਼ਾਮਲ ਕਰਦੇ ਹਾਂ ਸਕੂਲ ਟੀਚਰਸ ਵਾਸਤੇ ਵੀ ਅਸੀਂ ਐਜੂਕੇਸ਼ਨ ਦਾ ਪ੍ਰੋਗਰਾਮ ਕਰਦੇ ਹਾਂ ਨਵੇਂ ਬੱਚਿਆਂ ਵਾਸਤੇ ਅਸੀਂ ਮਾਤ ਪਿਤਾ ਦਿਵਸ ਜਿਹੜਾ ਕਰਦੇ ਹਾਂ ਉਹਦੇ ਵਿੱਚ ਅਸੀਂ ਉਹਨਾਂ ਦੀਆਂ ਜਿਹੜੀਆਂ ਫੈਕਲਟੀਆਂ ਨੇ ਉਹਨਾਂ ਨੂੰ ਪ੍ਰਮੋਟ ਕਰਦੇ ਹਾਂ ਪੰਜਾਬ ਦੇ ਕਿੰਨੇ ਐਸੇ ਪੋਰਟ ਫੈਸਟੀਵਲ ਨੇ ਜਿੱਦੇ ਤੁਸੀਂ ਲਿਟਰੇਚਰ ਨੂੰ ਬਤੌਰ ਇਨਾਮ ਅਸੀਂ ਸ਼ੁਰੂ ਕਰਵਾਇਆ ਹੈ ਲਗਭਗ ਘੱਟੋ-ਘੱਟ ਮੈਂ ਅੰਦਾਜ਼ਾ ਲਾ ਸਕਦਾ ਜੜਕਾ ਜੜਕਾ ਜਾਂਦਾ ਦਾ ਕਿ ਮੇਰੇ ਖਿਆਲ ਘੱਟੋ-ਘੱਟ 3 ਤੋਂ ਲੈ ਕੇ 3.5 ਲੱਖ ਰੁਪਏ ਦੀਆਂ ਕਿਤਾਬਾਂ ਜਿਹੜੀਆਂ ਨੇ ਹਰ ਸਾਲ ਮੇਰੇ ਨਾਲ ਹੀ ਵੱਖ-ਵੱਖ ਸੰਸਥਾਵਾਂ ਦੇ ਵਿੱਚ ਡਿਸਟ੍ਰੀਬਿਊਟ ਹੁੰਦੀਆਂ ਹਾਂਜੀ ਇਹਦੇ ਸਾਨੂੰ ਨਾ ਕੇ ਸਰਕਾਰ ਦੀ ਰੋਡ ਪੈਂਦੀ ਹੈ ਨਾ ਕਿਸੇ ਕਾਂਗਰਸ ਦੇ ਨਾ ਕੇ ਅਕਾਲੀ ਦੇ ਇਸ ਤੋਂ ਬਿਨਾ ਹਰ ਪੈਰ ਦੇ ਉੱਤੇ ਜੇਕਰ ਅਸੀਂ ਸਰਕਾਰ ਤੋਂ ਕੰਮ ਲੈਣਾ ਤਾਂ ਸਾਨੂੰ ਸਰਕਾਰੀ ਤੰਤਰ ਦੀ ਬੋਲੀ ਬੋਲਣ ਦੀ ਲੋੜ ਨਹੀਂ ਹੁੰਦੀ ਸਾਨੂੰ ਉਹਨਾਂ ਨੂੰ ਵੇਲੇ ਸਿਰ ਅਵੇਸਲਿਆਂ ਨੂੰ ਸੁਚੇਤ ਕਰਨਾ ਪੈਂਦਾ ਹੈ ਕਈ ਵਾਰ ਕੀ ਹੁੰਦਾ ਕਿ ਅਸੀਂ ਲੜਨ ਦੀ ਤਾਂ ਲੜਾਈ ਪਾਛਾ ਜਾਣਦੇ ਹੁੰਨੇ ਆ ਡਾਇਲੌਗ ਦੀ ਭਾਸ਼ਾ ਨਹੀਂ ਜਾਣਦੇ ਡਾਇਲੌਗ ਦੀ ਭਾਸ਼ਾ ਨਾ ਹੋਣ ਕਰਕੇ ਕਈ ਵਾਰੀ ਸਾਡੇ ਨੁਕਸਾਨ ਵੱਡੇ ਹੁੰਦੇ ਨੇ ਜੇ ਡਾਇਲੌਗ ਦੀ ਭਾਸ਼ਾ ਸੀ ਤਾਂ 3 ਕਰੋੜ ਰੁਪਇਆ ਆਰਟਸ ਕਾਉਂਸਲ ਨੂੰ हासिल ਹੋ ਗਿਆ ਨਵਜੋਤ ਸੇ ਸਿੱਧੂ ਦੀ ਵਜ਼ੀਰੀ ਵੇਲੇ ਜਿਹਦੇ ਨਾਲ ਹੁਣ ਤੱਕ ਸਰਗਰਮੀਆਂ ਚੱਲੀਆਂ ਜੁਰੀਆਂ ਜਾ ਰਹੀਆਂ ਸੁਰਜੀਤ ਪਾਤਰ ਸਾਹਿਬ ਤੇ ਹੋਰ ਟੀਮ ਕਰ ਰਹੀ ਹੈ ਸੋ ਮੈਨੂੰ ਲੱਗਦਾ ਕਿ ਕੁਝ ਕਮਿਊਨਿਟ ਟਕਰਾਓ ਨਾਲ ਹੁੰਦੇ ਨੇ ਕੁਝ ਕਮ ਨੇ ਜਿਹੜੇ ਤੁਹਾਡੇ ਜਿਹਨੂੰ ਕਹਿੰਦੇ ਨੇ ਪਾਸ਼ਾ ਦੇ ਵਿਕਾਸ ਦੇ ਕੰਮ ਨੇ ਜਿਹੜੇ ਤੁਹਾਡੀ ਪ੍ਰੇਰਣਾ ਨਾਲ ਹੁੰਦੇ ਨੇ ਸੋ ਇੱਕ ਗੱਲ ਕਦੇ ਨਾ ਵਿਸਾਰਿਓ ਕਿ ਹਰ ਸਿਆਸਤਦਾਨ ਚਾਹੇ ਉਹ ਅਕਾਲੀ ਹੈ ਚਾਹੀ ਇਵਨ ਕਮਿਊਨਿਸਟ ਹੈ ਚਾਹੇ ਉਹ ਕਾਂਗਰਸੀ ਹੈ ਉਹਦੀ ਪ੍ਰਾਇੋਰਟੀ ਪਹਿਲੀ ਹੈਗੀ ਵੋਟ ਈਵਨ ਆਮ ਆਦਮੀ ਪਾਰਟੀ ਨੇ ਉਹਦੀ ਪਹਿਲੀ ਪ੍ਰਾਇੋਰਟੀ ਵੋਟ ਹੈ ਕਿ ਵੋਟ ਕੈਚਿੰਗ ਕਿਹੜੀ ਚੀਜ਼ ਨਾਲ ਹੁੰਦੀ ਹੈ ਜ਼ੁਬਾਨ ਉਹਨਾਂ ਨੂੰ ਵੋਟਾਂ ਨਹੀਂ ਦਵਾਉਂਦੀ ਪਰ ਮੇਰਾ ਫਰਜ਼ ਫਿਰ ਇੱਥੇ ਬਣਦਾ ਹੈ ਕਿ ਮੈਂ ਉਹਨਾਂ ਨੂੰ ਬਾਰ-ਬਾਰ ਕਹਾ ਕਿ ਮਿੱਤਰੋ ਉਹ ਜ਼ੁਬਾਨ ਬੋਲਿਆ ਕਰੋ ਮੀਡੀਆ 'ਚ ਵੀ ਪਾਰਲੀਮੈਂਟ 'ਚ ਵੀ ਅਸੈਂਬਲੀ 'ਚ ਵੀ ਜਿਹੜੀ ਜ਼ੁਬਾਨ ਨਾਲ ਤੁਸੀਂ ਲੋਕਾਂ ਤੋਂ ਵੋਟਾਂ ਮੰਗੀਆਂ ਸੀ ਜਦੋਂ ਕਿਸੇ ਹੋਰ ਜ਼ਬਾਨ ਦੇ ਸ਼ਬਦ ਵਰਤਦੇ ਹੋ ਤਾਂ ਇਹ ਕਦੇ ਨੂੰ ਉਪਲੋਕ ਕਿ ਤੁਸੀਂ ਵੋਟਾਂ ਲੋਕਾਂ ਤੋਂ ਕਿਹੜੀ ਜ਼ਬਾਨ ਚ ਮੰਗੀਆਂ ਸੀ ਜੇ ਤਾਂ ਹਿੰਦੀ ਬੋਲ ਕੇ ਵੋਟਾਂ ਮੰਗੀਆਂ ਸੀ ਫਿਰ ਜੀ ਸਦਕੇ ਹਿੰਦੀ ਬੋਲੋ ਜੇ ਅੰਗਰੇਜ਼ੀ ਬੋਲ ਕੇ ਤੁਸੀਂ ਜਗਰਾਵਾਲੇ ਨੇ ਟ੍ਰੇ ਵੋਟਾਂ ਲਈਆਂ ਸੀ ਜੀ ਜੀ ਸਦਕੇ ਅੰਗਰੇਜ਼ੀ ਬੋਲੋ ਆਪਣੀ ਜ਼ਬਾਨ ਇਡੀ ਖੂਬਸੂਰਤ ਬੋਲਣ ਵਾਲੇ ਲੋਕ ਜਦੋਂ ਘਟਿਆ ਹਿੰਦੀ ਬੋਲਦੇ ਨੇ ਮੈਨੂੰ ਲੱਗਦਾ ਵੀ ਹਿੰਦੀ ਵਾਲਿਆਂ ਨੂੰ ਗੁੱਸਾ ਕਰਨਾ ਚਾਹੀਦਾ ਵੀ ਸਾਡੀ ਜ਼ਬਾਨ ਵਿਗਾੜਨ ਦਾ ਤੁਹਾਨੂੰ ਅਧਿਕਾਰ ਕਿੱਥੋਂ ਮਿਲ ਗਿਆ ਵੀ ਬਹੁਤ ਥੋੜੇ ਲੋਕਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਹੈ ਕਿ ਬਹੁਤ ਸਾਰੇ ਜਿਹੜੇ ਮਨੋਰੰਜਨ ਜਗਤ ਦੇ ਵਿੱਚ ਤੁਹਾਡੇ ਪਾਏ ਹੋਏ ਯੋਗਦਾਨ ਤੋਂ ਇਲਾਵਾ ਵੀ ਇੱਕ ਜਿਹੜੀ ਖਾਸ ਗੱਲ ਮੈਂ ਮੈਨੂੰ ਪੜਨ ਚ ਮਿਲੀ ਕਿ ਜਸਵਿੰਦਰ ਪੱਲਾ ਜਿਹੜੇ ਐਗਰੀਕਲਚਰ ਯੂਨੀਵਰਸਿਟੀ ਚ ਤੁਹਾਡੇ ਵਿਦਿਆਰਥੀ ਵੀ ਰਹੇ ਉਸ ਤੋਂ ਪਹਿਲਾਂ ਵੀ ਉਹਨਾਂ ਦੇ ਪਰਿਵਾਰ ਨਾਲ ਤੁਹਾਡੀ ਇੱਕ ਲੰਮੀ ਸਾਂਝ ਰਹੀ ਹੈ ਕਿਉਂਕਿ ਉਹਨਾਂ ਦੇ ਭੈਣ ਜਿਹੜੇ ਦਰਾਹਾ ਕਾਲਜ ਦੇ ਵਿੱਚ ਤੁਹਾਡੇ ਵਿਦਿਆਰਥਣ ਰਹੇ ਉਸ ਤੋਂ ਬਾਅਦ ਉਹਨਾਂ ਦੇ ਭੂਆ ਜੀ ਜਿਹੜੇ ਜਗਰਾਉਂ ਵਿਆਹ ਹੋਣ ਕਰਕੇ ਉਸ ਪਰਿਵਾਰ ਨਾਲ ਵੀ ਤੁਹਾਡਾ ਰابطਾ ਬਣਦਾ ਸੀ ਪਰ ਬਹੁਤ ਹੀ ਥੋੜੇ ਲੋਕ ਸ਼ਾਇਦ ਇਹ ਗੱਲ ਜਾਣਦੇ ਨੇ ਕਿ ਬਾਲਮਕੰਦ ਸ਼ਰਮਾ ਤੇ ਜਸਵਿੰਦਰ ਪੱਲਾਹ ਉਹਨਾਂ ਦੀ ਜਦੀ ਜੋੜੀ ਬਣੀ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਤੁਹਾਡਾ ਸੀ ਕਿਉਂਕਿ ਉਹਨਾਂ ਦਾ ਜਿਹੜਾ ਪ੍ਰੋਗਰਾਮ ਛਣਕਾਟਾ ਹੁਣ ਤੱਕ ਵੀ ਲੋਕ ਜੀ ਨੂੰ ਬੜੇ ਰੀਜਨਲ ਵੇਖਦੇ ਨੇ ਉਹਨਾਂ ਦੇ ਜਿਹੜੇ ਕਰਤਾ ਧਰਤਾ ਸੀ ਉਸ ਪ੍ਰੋਗਰਾਮ ਦਾ ਨਾਂ ਰੱਖਣ ਵਾਲੇ ਵੀ ਤੁਸੀਂ ਸੀ ਇਸ ਤੋਂ ਇਲਾਵਾ ਵੀ ਇਸ ਘਟਨਾ ਨਾਲ ਜੁੜੀ ਹੋਈ ਗੱਲ ਜਾਂ ਹੋਰ ਕਿਹੜੀਆਂ ਪ੍ਰਾਪਤੀਆਂ ਨੇ ਜਿਹੜੀਆਂ ਤੁਸੀਂ ਆਪਣੇ ਨਾਂ ਨਾਲ ਗਿਣਦੇ ਆਂ ਇਹ ਤਾਂ ਮੇਰੇ ਐਵੇਂ ਬੜਾ ਵੱਡਾ ਇੱਕ ਕ੍ਰੈਡਿਟ ਦੇਣ ਵਾਲੀ ਗੱਲ ਹੈ ਕਿ ਮੇਰੇ ਕਰਕੇ ਜੋੜੀ ਬਣੀ ਇਦਾਂ ਦੀ ਗੱਲ ਨਹੀਂ ਹੈ ਉਹ ਪਹਿਲਾਂ ਹੀ ਆਲਰੇਡੀ ਦੋਵੇਂ ਕਲਾਸ ਫੈਲੋ ਵੀ ਸੀ ਦੋਸਤ ਵੀ ਸੀ ਹਾਂਜੀ ਔਰ ਉਸ ਸਟੇਜ ਦੇ ਉੱਤੇ ਸਕਿਟਸ ਵਗੈਰਾ ਮੇਰੇ ਯੂਨੀਵਰਸਿਟੀ ਆਉਣ ਤੋਂ ਪਹਿਲਾਂ ਹੀ ਆਪਸ ਕਰਦੇ ਸੀ ਉਹ ਹੂੰ ਔਰ ਮੇਰਾ ਸਿਰਫ ਯੋਗਦਾਨ ਇੰਨਾ ਕੀ ਹੈ ਕਿ ਮੈਂ ਜਸਵਿੰਦਰ ਦੇ ਪਰਿਵਾਰ ਨੂੰ ਜਾਣਦਾ ਸੀ ਕਿ ਉਹਦੇ ਪਿਤਾ ਜੀ ਸਰਦਾ ਬਾਦਲ ਸਿੰਘ ਭੱਲਾ ਮੇਰੇ ਮਿਹਰਬਾਨ ਸੱਜਣ ਸੀ ਜਦੋਂ ਮੈਂ ਦੁਰਾਹੇ ਗੁਰੂ ਨਾਨਕ ਨੈਸ਼ਨਲ ਕਾਲਜ ਪੜਾਉਂਦਾ ਸੀ ਉਦੋਂ ਛੇਤਰ 'ਚ ਮੇਰਾ ਆਉਣ ਜਾਣ ਇਸ ਪਰਿਵਾਰ ਦੇ ਵਿੱਚ ਸੀ ਉਹ ਬੇਟੀ ਕੁਲਜੀਤ ਕਰਕੇ ਨਹੀਂ ਸਿਰਫ ਉਹਦੀ ਭੈਣ ਕਰਕੇ ਨਹੀਂ ਸਕੋ ਮੇਰੇ ਕੁਝ ਦੋਸਤ ਸੀ ਮੇਰੇ ਪਿੰਡਾਂ ਦੇ ਲੋਕ ਸੀ ਜਿਹੜੇ ਉੱਥੇ ਨੌਕਰੀ ਕਰਦੇ ਸੀ ਤੇ ਉਹਨਾਂ ਦਾ ਹੀ ਸਾਬਾਦ ਅਸੀਂ ਨੇ ਬੈਣ ਉੱਠਣੀ ਸੀ ਤਾਂ ਕਰਕੇ ਆਉਣ ਜਾਣ ਸੀ ਉਹ ਸਾਲ 10ਵੀਂ ਦੇ ਪੇਪਰ ਦਿੱਤੇ ਸੀ ਸਵਿੰਦਰ ਨੇ ਉਦੋਂ ਬਾਅਦ ਜਦੋਂ ਇਹ ਇੱਥੇ ਯੂਨੀਵਰਸਿਟੀ 'ਚ ਮੈਂ ਆ ਗਿਆ ਮੈਂ 83 30 ਅਪ੍ਰੈਲ ਨੂੰ ਜਨਮ ਕੀਤਾ ਇਹ ਉਦੋਂ ਐਮਐਸਸੀ ਕਰ ਰਿਆ ਸੀ ਯੂਨੀਵਰਸਿਟੀ 'ਚ ਤੇ ਉਦੋਂ ਸਕਿਟਸ ਵੇਅਰ ਕਰਦੇ ਹੁੰਦੇ ਸੀ ਪਿੰਡਾਂ ਦੇ ਨਕਲਾਂ ਹੋਰ ਕੁਝ ਗਾਉਂ ਦਾ ਬੜਾ ਅੱਛਾ ਸੀ ਇਹ 뮤직 'ਚ ਸ਼ੌਕ ਸੀ ਇਹਦਾ ਤੇ ਮੈਂ ਜਦੋਂ ਇਹਨਾਂ ਦੇ ਸਾਰੇ ਪ੍ਰੋਮ ਦੇਖੇ ਤੇ ਬੜਾ ਇਹਨਾਂ ਦਾ ਮੇਰੇ ਮਨ ਤੇ ਅਸਿਸਟੈਂਗ ਆ ਪੋਜ਼ਿਟਿਵ ਪਿਆ ਤੇ ਮੈਂ ਉਹਨਾਂ ਬਾਰੇ ਇੱਕ ਪੰਜਾਬੀ ਟਿਮਨ ਜਾਂ ਆਰਟੀਕਲ ਲਿਖ ਦਿੱਤਾ ਖੋਰ ਦੇ ਸੱਭਿਆਚਾਰ ਦੇ ਰੱਖ ਕੇ ਹਾਂਜੀ ਉਦੋਂ ਬਾਅਦ ਵਿੱਚ ਡਾਕਟਰ ਕੇਸ਼ਵਰਮ ਚਰਮਾ ਨੇ ਜੋ ਉਸਤਾਦ ਸੀ ਜਿਨ੍ਹਾਂ ਨੇ ਅਸਲ ਚੈਨਲ ਸ਼ੇਪ ਅਪ ਕੀਤਾ ਅਸਲ ਚ ਉਹ ਟੀਚਰ ਨੇ ਇਹਨਾਂ ਦੇ ਮੈਂ ਟੀਚਰ ਇਹਨਾਂ ਦਾ ਕਲਾਸਰੂਮ ਟੀਚਰ ਕਦੇ ਵੀ ਨਹੀਂ ਰਿਹਾ ਹਾਂਜੀ ਤੇ ਉਹ ਕਹਿਣ ਲੱਗੇ ਕਿ ਯਾਰ ਮੇਰਾ ਜੀਕਰ ਦਾ ਪੰਜਾਬੀ ਭਵਨ ਤੇ ਇੱਕ ਨਾ ਨਾਈਟ ਸਿਫ ਪੀਏਯੂ ਦੇ ਸਟੂਡੈਂਟਸ ਦੀ ਕੀਤੀ ਜਾਵੇ ਹਾਂ ਵਿਦਿਆਰਥੀ ਸਿਰ ਯੂਨੀਵਰਸਿਟੀ ਦੇ ਹੋਣ ਉਹ ਵੀ ਪਰਫਾਰ ਉਹ ਨਾਲ ਜਰੂਰ ਸੀ ਰੱਖਿਆ ਉਹਦਾ ਨੈਸ਼ਨ ਕਟਾ ਪ੍ਰੋਗਰਾਮ ਦਾ ਨੈਸ਼ਨ ਕਟਾ ਸੀ ਹਾਂਜੀ ਜਦੋਂ ਬਾਅਦ ਵਿੱਚ ਜਦੋਂ ਉਸ ਫੰਕਸ਼ਨ ਦੇ ਵਿੱਚ ਗੈਸਟ ਦੇ ਰੂਪ ਚ ਜਸਵੰਤ ਸਿੰਘ ਜਸਵਲ ਵੀ ਸੀ ਇਹ 88 ਦੀ ਗੱਲ ਹੈ ਮੇਰੇ ਖਿਆਲ ਜਾਂ 87 ਦੀ ਗੱਲ ਹੈ ਤੇ ਕਹਿਣ ਲੱਗੇ ਜਸਵਲ ਸਾਹਿਬ ਕਹਿੰਦੇ ਯਾਰ ਇਹ ਮੁੰਡਾ ਸਾਂਭਣ ਵਾਲਾ ਹੈ ਮੈਂ ਕਿਹਾ ਸਾਂਭਣਾ ਕੀ ਇਹ ਮੁੰਡੇ ਸਾਡਾ ਹਾਂਜੀ ਉਹ ਕਹਿੰਦੇ ਵੀ ਆਪਣਾ ਕਿਵੇਂ ਆ ਮੈਂ ਕਿਹਾ ਮੇਰੇ ਦੋਸਤ ਨੇ ਮਾਸਟਰ ਭਦਰ ਸਿੰਘ ਗਰੀ ਉਹਨਾਂ ਦਾ ਬੇਟਾ ਹੈ ਰਾਹੇ ਤੋਂ ਖਰ ਆਉਣ ਜਾਣ ਵਧ ਗਿਆ ਏ ਬਾਲਮਕੰਦ ਸ਼ਰਮਾ ਸੁਖਨੇਨ ਇਹ ਆਪਣਾ ਮੁੰਡਾ ਜਸਵਿੰਦਰ ਇਹ ਸਾਰੇ ਜਣੇ ਮਤਲਬ ਪਰਿਵਾਰ ਦੇ ਜੀਆ ਨੂੰ ਜਸਵਰ ਸਾਹਿਬ ਨਾਲ ਮਿਲਣ ਗੇਣ ਲੱਗ ਗਏ ਦਰਾਹੇ ਵੀ ਜਾ ਕੇ ਅਸੀਂ ਕਈ ਵਾਰੀ ਇਹਦੀ ਬੀਬੀ ਨੇ ਬੜੀਆਂ ਪਿੰਨੀਆਂ ਖਾਗੂ ਆਉਂਦੇ ਮੈਂ ਤਾਂ ਜਸਵਰ ਸਾਹਿਬ ਉਦੋਂ ਬਾਅਦ ਵਿੱਚ ਕੀ ਹੋਇਆ ਕਿ ਜਦੋਂ ਇਹ ਸਕਿਟਸ ਜੜੀਆਂ ਕਰਦੇ ਸੀ ਤੇ ਇਹਨਾਂ ਦੀਆਂ ਸਕਿਟਸ ਲੁੱਕ ਚੋਰੀ ਕਰਨ ਲੱਗ ਗਏ ਹਾਂਜੀ ਕੱਲ ਦਾ ਸਕੂਲਾਂ ਦੇ ਮੁੰਡੇ ਕੁੜੀਆਂ ਤੇ ਸਾਡੇ ਮਨ ਚਾ ਵੀ ਸਾਬ ਲਈਏ ਜਾਣੇ ਤੇ ਅਸੀਂ ਕਹਾਂ ਵੀ ਕੈਸਟ ਕਰੋ ਯਾਰ ਰਕਾਰਡ ਤੁਸੀਂ ਉਦੋਂ ਐਲਪੀ ਰਕਾਰਡ ਮਿਲਦਾ ਸੀ ਸਿਰਫ ਇਹਦਾ ਮਾਈ ਮੋਨੋ ਤੇ ਕੇ ਦੀਪ ਦਾ ਅਦਰਵਾਇਜ਼ ਹੋਰ ਕੋਈ ਸਕੇਟਾਂ ਦੀ ਕੋਈ ਇਹੋ ਜਿਹੀ ਚੀਜ਼ ਨਹੀਂ ਸੀ ਲੱਭਦੇ ਤੇ ਅਸੀਂ ਉਹ ਸਲਾਹਦਾ ਬਣਾ ਲਈ ਤੇ ਹੁਣ ਇਹ ਆ ਬੋ ਤੇ ਰੁਪਇਆ 7-8000 ਲੱਗਣਾ ਸੀ ਉਹਨਾਂ ਵਕਤ ਤੇ 7-8000 ਬੜੀ ਰਕਮ ਸੀ ਇਹ ਮਤਲਬ ਨੌਕਰੀ 'ਚ ਵੀ ਨਹੀਂ ਸੀ ਆਏ ਹੋਏ ਬਹੁਤੇ ਅਜੇ ਨਵੇਂ-ਨਵੇਂ ਸੀ ਬਿਲਕੁਲ ਹੀ ਕੋਲੋਂ ਖਰਚਣ ਨੂੰ ਵੀ ਕਈ ਵਾਰੀ ਜੀ ਨਹੀਂ ਕਰਦਾ ਤੇ ਫਾਊਂਡੇਸ਼ਨ ਕੋਲ ਵੀ ਇੰਨੇ ਪੈਸੇ ਹੈ ਨਹੀਂ ਸੀ ਖਰਚੇ ਜਾ ਸਕਣ ਉਹ ਜਸਰ ਸਾਹਿਬ ਦਾ ਕੰਮ ਹੁੰਦਾ ਸੀ ਵੀ ਉਹਨੂੰ ਜਿਹੜਾ ਫੈਸਲਾ ਲੈ ਲਿਆ ਬਸ ਲੈ ਲਿਆ ਹਾਂਜੀ ਉਹ ਕਹਿੰਦਾ ਨਹੀਂ ਰਿਕਾਰਡ ਕਰਨੀ ਯਾਰ ਕੋਈ ਗੱਲ ਨਹੀਂ ਕਿ ਪੈਸੇ ਪੁੱਛੋ ਕਿੰਨੇ ਲੱਗਦੇ ਆ ਉਹ ਪਤਾ ਪਤਾ ਕੀਤਾ ਉਹ 8000 ਰੁਪਿਆ ਉਹਨੇ ਕੰਪਨੀ ਵਾਲੇ ਮੁੰਡੇ ਨੇ ਕਿਹਾ ਵੀ 8000 ਰੁਪਏ ਦੇ ਵਿੱਚ ਹੋ ਜਾਏਗੀ ਹਾਂਜੀ ਖੈਰ ਅਸੀਂ 5000 ਕੈਸਟ ਬਣਾ ਲਈ ਹਾਂ ਤੇ 8000 ਰੁਪਿਆ ਲਾਤਾ ਆਤਲ ਸ਼ਰਮਨ ਦੇ میوزਿਕ ਦੇ ਦਿੱਤਾ ਵਿੱਚ ਵਿੱਚ ਇਹਨੇ ਆਪਣੇ ਐਮਬੀਏ ਕੰਪਨੀ ਹੁੰਦੀ ਸੀ ਇੱਕ ਉੱਥੇ 뮤지컬 ਵਾਇਸ ਆਫ ਇੰਡੀਆ ਉਹਨਾਂ ਨੇ ਰਿਕਾਰਡ ਕਰ ਦਿੱਤੇ ਤੇ ਨੇੜੇ ਮੋਹਨ ਸਿੰਘ ਮੇਲਾ ਸੀ ਤੁਸੀਂ ਯਕੀਨ ਕਰੋਗੇ ਪੁੱਤਰ ਵੀ ਉਹ ਪਹਿਲੀ ਕੈਸਟ ਜਿਹੜੀ ਸੀ ਸਾਡੀ ਅਸੀਂ ਬਾਹਰ ਨਾ ਦੋ ਤਖਤ ਪੋਛੇ ਡਾਹ ਕੇ ਉੱਤੇ ਰੱਖ ਦਿੱਤੀਆਂ ਕੈਸਟਸ ਵੀ ਹਰ ਬੰਦਾ ਇਹ 10 10 20 20 ਰੁਪਏ ਦੀ 10 ਕੇ 20 ਰੁਪਏ ਦੀ ਕਿਮਤ ਹਾਂਜੀ 10 ਰੁਪਏ ਕਰ ਲੇ ਕਿਮਤ ਉਹ ਪਹਿਲੇ ਦਿਨ 2500 ਕੈਸਟ ਵਿਕ ਗਈ ਹਾਂਜੀ ਦੂਜੇ ਦਿਨ 14 15 ਦੂਸਰੇ ਦਿਨ ਵਿਕ ਗਈ ਹੂੰ ਉਹ 4000 ਕੈਸਟ ਦੋ ਦਿਨਾਂ ਚ ਵਿਕ ਗਈ ਅੱਛਾ ਉਹ ਕੰਪਨੀ ਵਾਲੇ ਦੇ ਮਾਰੇ ਪੁੱਠੇ ਛਾਲਾ ਹੂੰ ਇਹ ਮੁੰਡੇ ਵੀ ਸਾਡੇ ਬੜੇ ਖੁਸ਼ ਸੀ ਦਸਵਿੰਦਰ ਵੀ ਤੇ ਬਾਲਮਕੰਦ ਵੀ ਉਹਦੀ ਹਾਸੇ ਵਾਲੀ ਗੱਲ ਇਹ ਆ ਵੀ ਮੇਰਾ ਕੰਟਰੀਬਿਊਸ਼ਨ ਤਾਂ ਲੰਮਾ ਚੌੜਾ ਕੋਈ ਨਹੀਂ ਸੀ ਕਿਉਂਕਿ ਸਕ੍ਰਿਪਟ ਸੇ ਆਪ ਕਰਦੇ ਸੀ ਆਪ ਲਿਖਦੇ ਸੀ ਉਹਦੇ ਵਿੱਚ ਜਿਹੜੀ ਇੰਟਰੋਡਕਸ਼ਨ ਮੇਰੀ ਲਿਖੀ ਹੋਈ ਹੈ ਇਹ ਦੇਖਾ ਉਹ ਤੇ ਛਾਪਿਆ ਵੀ ਹੋਇਆ ਇਹਨੇ ਜਸਵੰਤ ਨੇ ਮਾਣ ਦੇਣ ਵਾਸਤੇ ਮੈਨੂੰ ਕਹਿੰਦਾ ਅੰਕਲ ਮੈਂ ਇਹ ਛਾਪਦਾ ਤੁਹਾਡਾ ਨਾਮ ਮੈਂ ਕਹਿੰਦਾ ਛਾਪਦੇ ਯਾਰ ਕੁਛ ਨਹੀਂ ਹੁੰਦਾ ਉਹ ਮੇਰੀ ਇੰਟਰੋਡਕਸ਼ਨ ਦਿੱਤੀ ਹੋਈ ਜਿਹੜੀ ਇਹਨਾਂ ਨੇ ਉਹਦੇ ਵਿੱਚ ਇੰਟਰੋਡਕਸ਼ਨ ਬੋਲੀ ਹੈ ਔਰ ਮੈਨੂੰ ਮਾਣ ਆ ਕਿ ਚਾਹੇ ਉਮਰ ਚ ਤਾਂ ਮੇਰੇ ਤੋਂ 7-8 ਸਾਲ ਛੋਟੇ ਨੇ ਦੋਵੇਂ ਪਰ ਜਿਵੇਂ ਮੈਨੂੰ ਪਿਆਰ ਕਰਦੇ ਨੇ ਜਿਵੇਂ ਮ ਪਰਮਾਤਮਾ ਕੀ ਕੋ ਅਰਦਾਸ ਕਰਦਾ ਕਿ ਘਰ ਘਰ ਇਹੋ ਜਿਹੇ ਬੱਚੇ ਪੈਦਾ ਹੋਣ ਜਿਹੜੇ ਆਪਣੇ ਵੱਡਿਆਂ ਦੀ ਇਨ ਇੱਜ਼ਤ ਕਰ ਸਕਣ ਇਹੋ ਜੇ ਬਹੁਤ ਲੋਕ ਨੇ ਜੱਸੀ ਉਹਨਾਂ ਚੋਂ ਇੱਕ ਹੈ ਹਰਪਜਨ ਮਾਨ ਉਹਨਾਂ ਚੋਂ ਇੱਕ ਹੈ ਹਾਂਜੀ ਜਿਹੜੇ ਮੁਹੱਬਤ ਦੇ ਭਰੇ ਹੋਏ ਪਿਆਲੇ ਨੇ ਮਨਮਨ ਬਾਰਸ ਉਹਨਾਂ ਚੋਂ ਇੱਕ ਹੈ ਨਵੇਂ ਮੁੰਡੇ ਚੋਂ ਅਮਰਿੰਦਰ ਗਿੱਲ ਉਹਨਾਂ ਚੋਂ ਇੱਕ ਹੈ ਹਾਂਜੀ ਥੀਏਟਰ ਦੀ ਦੁਨੀਆ ਚੋਂ ਹਰਦੀਪ ਗਿੱਲ ਉਹਨਾਂ ਚੋਂ ਇੱਕ ਹੈ ਨਿਰਮਲ ਜੋੜਾ ਉਹਨਾਂ ਚੋਂ ਇੱਕ ਹੈ ਡਾਕਟਰ ਅਨਿਲ ਸ਼ਰਮਾ ਉਹਨਾਂ ਚ ਇੱਕ ਹੈ ਇਹ ਸਾਰੇ ਭਗਵੰਤ ਮਾਨ ਉਹਨਾਂ ਚ ਇੱਕ ਹੈ ਭਗਵੰਤਾ ਹੁਣ ਵੀ ਅੱਧੀ ਰਾਤ ਨੂੰ ਕਈ ਵਾਰੀ ਫੋਨ ਕਰਕੇ ਕਰਦਾ ਓਏ ਬਾਪੂ ਓ ਬਾਪੂ ਮੇਰਾ ਗੱਲਾਂ ਕਰਨ ਨੂੰ ਜੀ ਕਰਦਾ ਖਬਰਦਾਰ ਜੀ ਸੁੱਤਾ ਤਾਂ ਇਹ ਲਾਡ ਕੌਣ ਬੇਦੇ ਕਿਸੇ ਨਾ ਕਰਦਾ ਸਿਰਫ ਉਹ ਲੋਕ ਕਰਦੇ ਨੇ ਜਿਨ੍ਹਾਂ ਨੂੰ ਚਾਹ ਲੈਣ ਤੇ ਦੇਣ ਦੀ ਜਾਚ ਹੈ ਕੁਝ ਢਾਡੀ ਨੇ ਕੁਝ ਰਿਸ਼ਪਾਲ ਸਿੰਘ ਪਾਲ ਵਰਗੇ ਕੁਝ ਕੁਇਸ਼ਰ ਨੇ ਸੁਲੱਖਣ ਸਿੰਘ ਰਿਆੜ ਵਰਗੇ ਕੁਝ ਐਸੇ ਪਰਫਾਰਮਰਸ ਨੇ ਕੁਝ ਐਸੇ ਮੀਡੀਆ ਕਰਮੀਆਂ ਨੇ ਜਿਹੜੇ ਵਕਤ ਸਮਿਆਂ ਦੇ ਉੱਤੇ ਮੇਰੇ ਰਾਹੀ ਮੇਰੀ ਸੰਗਤ ਕਰਕੇ ਇਸ ਖੇਤਰ 'ਚ ਆਏ ਔਰ ਐਸੇ ਸਟਾਲਵਰਟਸ ਗਿਨੇ ਜਾਂਦੇ ਨੇ ਹਾਂਜੀ ਨਾਮ ਚੱਕਰ ਤੋਂ ਮੈਂ ਨਹੀਂ ਪੜਨਾ ਚਾਹੁੰਦਾ ਬਹੁਤ ਲੰਮੀ ਫਿਰਸਤ ਹੈ ਜਰਨਲਿਜ਼ਮ ਦੇ ਬੜੇ ਵੱਡੇ ਨਾਂ ਬਣੇ ਬਾਅਦ 'ਚ ਲੋਕਾਂ ਦੇ ਬਹੁਤ ਸਾਰੇ ਐਡੀਟਰਸ ਨੇ ਵਕਤ ਖਵਾਰਾਂ ਦੇ ਇਸ ਵੇਲੇ ਜਿਹੜੇ ਮੇਰੇ ਕਮਰੇ ਦੇ ਵਿੱਚ ਹੀ ਖਬਰਾਂ ਲਿਖਣੀਆਂ ਸਿੱਖੇ ਮੇਰੇ ਕਮਰੇ 'ਚ ਬਹਿ ਕੇ ਮੈਨੂੰ ਭਰਾ ਪੜਾ ਕੇ ਮੇਰੇ ਹੱਥੀ ਅ ਲਿਖਤਾਂ ਤੋਂ ਸੁਧਵਾਸ ਦੁਆ ਕੇ ਤੇ ਉਹ ਅੱਜ ਜ਼ਿੰਦਗੀ ਦੇ ਸ਼ਾਹ ਸਵਾਰ ਨੇ ਇਹ ਵੀ ਕਿਹਾ ਜਾਂਦਾ ਵੀ ਸਿਆਸਤਦਾਨ ਵੀ ਨੁਕਤੇ ਸਾਂਝੇ ਕਰਨ ਲਈ ਹਣ ਉਹ ਤਾਂ ਬਿਠੇ ਪਹਿਲੇ ਦਿਨ ਹੀ ਆ ਜਾਂਦੇ ਨੇ ਹਾਂ ਉਹ ਤਾਂ ਜਦੋਂ ਮੈਂ 1900 ਅ 378 ਦੀ ਗੱਲ ਉਹਦੋਂ ਮੈਂ ਜੇ 9ਵੀਂ 10ਵੀਂ ਪੜ੍ਹਦਾ ਸੀ ਤੇ ਮੇਰੇ ਚਾਚਾ ਜੀ ਕੋਲ ਅਕਸਰ ਸਿਆਸਤਦਾਨ ਆਉਂਦੇ ਸੀ ਉਸ ਤੋਂ ਬਾਅਦ ਮੈਂ ਲੁਧਿਆਣੇ ਆ ਗਿਆ ਤੇ 70 ਨੀ ਇਲੈਕਸ਼ਨ ਜਦੋਂ ਲੜੀਏ ਨਿਰਮਲ ਸਿੰਘ ਕਾਹਲੋਂ ਨਹੀਂ ਉਦੋਂ ਸੱਚ ਡਾਕਟਰ ਜੋਧ ਸਿੰਘ ਜੀ ਉਹ ਇਲੈਕਸ਼ਨ ਲੜ ਲਈ ਸੀ ਇੱਥੋਂ ਅ ਡੇਰੇ ਬਰਨਾਂ ਪਹੁੰਚ ਗਏ ਹਾਂਜੀ ਉਦੋਂ ਬਾਅਦ ਵਿੱਚ ਅਸੀਂ ਚਾ ਨਿਰਮਲ ਸਿੰਘ ਕਾਹਲੋਂ ਨੇ ਚੋਣ ਲੜੀ ਉਹ ਤੋਂ ਅਸੀਂ ਪਹੁੰਚ ਗਏ ਮੈਂ ਤਾਂ 97 ਵਿੱਚ ਬਿਡੇ ਚਿਪਕੜਾਈ ਆਪਣੇ ਵਿੱਚੋਂ ਸਿਆਸਤ ਦੇ ਸਿਆਸਤਦਾਨਾਂ ਨੂੰ ਪਿਆਰ ਕਰਨ ਵਾਲੀ ਜਦੋਂ ਮੈਨੂੰ ਦੋ ਤਿੰਨਾਂ ਨੇ ਡੰਗ ਮਾਰਿਆ ਜਦੋਂ ਮੇਰੀ ਮੁਹੱਬਤ ਨੂੰ ਉਹਨਾਂ ਨੇ ਰਿਸਪੌਂਡ ਨਹੀਂ ਕੀਤਾ ਹਾਂਜੀ ਆਦਰਵਾਇਜ਼ ਕਿਸੇ ਵੀ ਬੰਦੇ ਨੂੰ ਬੇਗਰਜ਼ ਹੋ ਕੇ ਸਲਾਹ ਦੇਣ ਤੇ ਲੈਣ ਤੋਂ ਗਰੇਜ਼ ਨਹੀਂ ਕਰਨਾ ਚਾਹੀਦਾ ਜਿਹੜੀ ਪੰਜਾਬ ਦੇ ਹਿੱਤ ਚਾ ਮੈਨੂੰ ਪਤਾ ਮੈਂ ਕਿੱਡੇ ਵੱਡੇ ਫੈਸਲੇ ਉਹਨਾਂ ਸਿਆਸਤਾਨਾਂ ਤੋਂ ਵੀ ਕਰਵਾ ਲਏ ਨੇ ਸਿਰਫ ਇੱਕ ਫਿਕਰੇ ਨਾਲ ਜਿੰਨਾ ਲੋਕਾਂ ਨਾਲ ਮੇਰਾ ਜ਼ਿੰਦਗੀ ਚ ਨਾ ਉਹ ਤੋਂ ਪਹਿਲਾ ਰابطਾ ਸੀ ਨਾ ਹੋਣਾ ਉਹਨਾਂ ਸਾਬ ਪ੍ਰਕਾਸ਼ ਸਿੰਘ ਬਾਦਲ ਨੇ ਜੇ ਅੱਜ ਕੋਈ ਮੇਰਾ ਨਾਮ ਲਏਗਾ ਕੋਈ ਮੈਨੂੰ ਨਹੀਂ ਜਾਣਦੇ ਪਹਿਲਾਂ ਵੀ ਨਹੀਂ ਸੀ ਜਾਣਦੇ ਇੱਕ ਨੁਕਤੇ ਤੇ ਅਸੀਂ ਇਕੱਠੇ ਹੋ ਗਏ ਬਸੀਆਂ ਕੋਠੇ ਹਾਂਜੀ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਸਾਬ ਪ੍ਰਕਾਸ਼ ਸਿੰਘ ਬਾਦਲ ਜੀ ਪੇთა ਸਮਾਨੋ ਮੁੱਖ ਮੰਤਰੀ ਸੂਬੇ ਦੇ ਇਸ ਵੇਲੇ ਸਿੱਖਾਂ ਦਾ ਆਖਰੀ ਪ੍ਰੋਫੈਸਰ ਪ੍ਰਭੂ ਸੱਤਾ ਸੰਪੰਦ ਰਾਜਾ ਮਾਰੇ ਦਲੀਪ ਸਿੰਘ ਤੁਹਾਨੂੰ ਸਵਾਲ ਕਰਦਾ ਕਿ ਜਿੱਥੇ ਮੈਂ ਆਖਰੀ ਰਾਤ ਕੱਟੀ ਸੀ ਉਹਦਾ ਅੱਜ ਇਹ ਹਸ਼ਰ ਕਿਉਂ ਇੱਕ ਫਿਕਰੇ ਤੇ ਸਰ ਪ੍ਰਕਾਸ਼ ਸਿੰਘ ਬਦਲ ਅੱਖਾਂ ਪਰ ਆਏ ਔਰ ਵਿਦਨ ਫਿਊ ਡੇਜ਼ ਉਹਨਾਂ ਨੇ ਫੈਸਲਾ ਕਰ ਦਿੱਤਾ ਕਿ ਇਸ ਨੂੰ ਮੈਂ ਦੁਬਾਰਾ ਠੀਕ ਠਾਕ ਕਰਾਂਗਾ ਔਰ 6 ਕਰੋੜ ਰੁਪਏ ਲਾ ਕੇ ਉਹਨਾਂ ਨੇ ਬਸੀਆਂ ਕੋਠੀ ਰਾਏਕੋਟ ਦੇ ਨੇੜੇ ਦੁਬਾਰਾ ਪੁਨਰਸਤਿਤ ਕਰ ਦਿੱਤੀ ਕਿ ਜਿੱਥੇ ਅੱਜ ਦੀ ਤਰੀਖ ਦੇ ਵਿੱਚ ਇੰਨੇ ਕੀ ਯਾਤਰੀ ਆਉਂਦੇ ਨੇ ਕਿ ਸ਼ਾਇਦ ਸ਼ਹਿਰਾਂ ਵਾਲੀਆਂ ਜਿਹੜੀਆਂ ਯਾਤਰਾ ਵਾਲੀਆਂ ਥਾਵਾਂ ਉੱਥੇ ਵੀ ਇੰਨੇ ਬੰਦੇ ਨਹੀਂ ਹੋ ਜਿਹਨਾਂ ਉੱਥੇ ਜਾਂਦੇ ਨੇ ਸੋ ਡਿਪੈਂਡ ਕਰਦਾ ਕਿ ਕਿਹੜੇ ਵਕਤ ਸਟ੍ਰਾਈਕ ਕਰਨਾ ਤੁਸੀਂ ਮੈਨੂੰ ਉਹ ਵੀ ਨਹੀਂ ਯਾਦ ਹੈ ਜਦੋਂ ਅਸੀਂ ਮੋਹਨ ਸਿੰਘ ਦਾ ਬੁੱਤ ਘੜਨ ਵਾਲੇ ਇੱਕ ਅਨਕੜ ਨੌਜਵਾਨ ਨੂੰ ਮੋਹਨ ਸਿੰਘ ਮੇਲੇ ਤੇ ਆਦਰ ਕੀਤਾ ਤੇ ਸੂਬੇ ਦਾ ਗਵਿੰਦਰ ਸੀ ਉਸ ਵੇਲੇ ਸੁਰਿੰਦਰਨਾਥ ਇਸ ਸੌਰਸਵਤ ਤੇ ਮੈਂ ਉਸ ਨੂੰ ਇੱਕੋ ਗੱਲ ਆਖੀ ਕਿ ਇਹ ਬੱਚਾ ਜਿਹੜਾ ਤੁਹਾਡੇ ਸਾਹਮਣੇ ਆਮਦ ਕਰਵਾ ਰਹੇ ਆ ਪ੍ਰਗਟ ਸਿੰਘ ਗਰੇਵਾਲ ਜੀ ਨਾਲ ਸੀ ਸਾਡੇ ਪ੍ਰਧਾਨ ਜੀ ਨੇ ਸਾਡੇ ਐਸੇ ਵੀ ਕਿ ਇਸ ਬੱਚੇ ਦੀ ਘਰ ਦੀ ਹਾਲਤ ਇਹ ਆ ਕਿ ਇਹ ਕਿਸੇ ਆਰਟ ਕਾਲਜ ਦਾਖਲਾ ਨਹੀਂ ਲੈ ਸਕਦਾ ਤੁਸੀਂ ਜੇ ਕਿਰਪਾ ਕਰੋ ਇਹਨੂੰ ਸੀਟ ਜੇ ਅਲਾਟ ਕਰ ਦਿਓ ਚੰਡੀਗੜ੍ਹ ਆਰਟ ਕਾਲਜ ਦੀ ਤਾਂ ਇਹਦੀ ਜ਼ਿੰਦਗੀ ਸੌਰ ਸਕਦੀ ਹੈ ਇਸ ਪਾਸੇ ਅੱਗੇ ਵਧ ਸਕਦਾ ਹੈ ਇਸ ਵੇਲੇ ਪੰਜਾਬ ਦਾ ਸਭ ਤੋਂ ਖੂਬਸੂਰਤ ਬੁੱਤਰਾ ਸ਼ਮਨਜੀਤ ਸਿੰਘ ਹਲਕਣਾ ਹੈ ਜਿਨੇ ਇੰਟਰਨੈਸ਼ਨਲ ਲੈਵਲ ਤੇ ਨਾਕਾਮ ਆਇਆ ਉਹਨੂੰ ਗਵਰਨਰ ਸੁੰਦਰਨਾਥ ਜੀ ਨੇ ਦਾਖਲਾ ਵੀ ਦਿੱਤਾ ਤੇ ਜਿੰਨੇ ਸਾਲ ਉਹ ਪੜ੍ਹਿਆ ਉਹਦੀ ਫੀਸ ਵੀ ਦਿੱਤੀ ਇਹ 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 ਗੱਲਾਂ ਬੇਟੇ ਜਿਹੜੀਆਂ ਇਹ ਫਿਕਰਿਆਂ ਦੀ ਕਮਾਈ ਹੈ ਸ਼ਬਦਾਂ ਦੀ ਕਮਾਈ ਹੈ ਇਸ ਕਰਕੇ ਮੈਂ ਘੱਟੋ ਘੱਟ ਅੱਜ ਤੱਕ ਜਿਵੇਂ ਯੂਨੀਵਰਸਿਟੀ ਸੀਗਾ ਤੇ ਮੈਨੂੰ ਕਦੇ ਵਾਈਸ ਚਾਂਸਲਰ ਸਾਹਿਬ ਕੋਈ ਵੀ ਹੁੰਦੇ ਸੀ ਨੌ ਵਾਈਸ ਚਾਂਸਲਰ ਮੈਂ ਕੰਮ ਕੀਤਾ ਹੈ ਮੈਂ ਕਦੇ ਸਹੀ ਰਾਏ ਦੇਣ ਤੋਂ ਕਦੇ ਗੁਰੇਜ਼ ਨਹੀਂ ਕੀਤਾ। ਚਾਹੇ ਮੇਰੀ ਕੁਰਸੀ ਬਹੁਤ ਨਿੱਕੀ ਜੀ ਸੀ। ਹਾਂਜੀ। ਏਡਾ ਵੱਡਾ ਅਧਿਕਾਰੀ ਨਹੀਂ ਸੀ ਮੈਂ ਯੂਨੀਵਰਸਿਟੀ ਜੀ ਕੇ ਮੇਰੀ ਗੱਲ ਨੂੰ ਵਾਈਸ ਚਾਂਸ ਸੁਣ ਲੈਂਦੇ। ਪਰ ਕਿਸੇ ਵੀ ਵਾਈਸ ਚਾਂਸ ਤੋਂ ਡਾਕਟਰ ਸੁਦੇਵ ਸਿੰਘ ਜੀ ਤੋਂ ਲੈ ਕੇ ਡਾਕਟਰ ਬਲਦੇਵ ਸਿੰਘ ਢਿੱਲੋਂ ਜੀ ਤੱਕ ਅੱਜ ਤੱਕ ਮੇਰੀ ਗੱਲ ਨੂੰ ਹਉ ਭਰੇ ਨਹੀਂ ਕੀਤਾ। ਉਹਨਾਂ ਤੋਂ 50% ਗੱਲਾਂ ਮੰਨੀਆਂ ਨੇ। ਹਾਂਜੀ। ਜਿਹਦਾ ਫਾਇਦਾ ਇਸਾਨੀ ਨੂੰ ਹੋਇਆ। ਇਨਸਾਨੀਅਤ ਨੂੰ ਹੋਇਆ, ਇੰਸਟੀਚਿਊਸ਼ਨ ਨੂੰ ਹੋਇਆ। ਇਸ ਕਰਕੇ ਲੇਖਕ ਦੇ ਨਾਤੇ ਮੈਂ ਸਮਝਦਾ ਹਰ ਲੇਖਕ ਦਾ ਧਰਮ ਬਣਦਾ ਹੈ ਕਿ ਜਿੱਥੇ ਕਿਤੇ ਵੀ ਉਹਦੇ ਕੋਲ ਖਿਆਲ ਹੈ ਉਹ ਸਿਆਸਤਦਾਨ ਜਿਹਨੇ ਫੈਸਲੇ ਉਹਨੇ ਕਰਨੇ ਤੇ ਮੈਂ ਮੈਂ ਕਹਾ ਅੰਟਚੇਬਲ ਹੈ ਅਸ਼ੂਤ ਹੈ ਨਹੀਂ ਹੁਣ ਇੱਕ ਮੈਨੂੰ ਗੱਲ ਜਿਹੜੀ ਬੜੀ ਰੜਕਦੀ ਉਹ ਇਹ ਲੱਗਦੀ ਹੈ ਕਿ ਸਾਡੇ ਬਹੁਤ ਲਿੱッセ ਘਰਾਂ ਦੇ ਬਹੁਤ ਸਾਰੇ ਆਰਟਿਸਟ ਐਸੇ ਨੇ ਬਹੁਤ ਸਾਰੇ ਰਾਈਟਰਸ ਐਸੇ ਨੇ ਜਿਨ੍ਹਾਂ ਦੀਆਂ ਕਿਤਾਬਾਂ ਸਾਬ ਰੋਲ ਰਹੀਆਂ ਨੇ ਮੇਰਾ ਜੀਕਰਦਾ ਮੈਂ ਪੰਜਾਬ ਸਰਕਾਰ ਦਾ ਜਿਹੜਾ ਵੀ ਕੋਈ ਮੰਤਰੀ ਹੋਵੇ ਉਹਨੂੰ ਆਖਾਂ ਯਾਰ ਸਮਾਜ ਭਲਾਈ ਮੰਤਰਾਲੇ ਵੱਲੋਂ ਕੁਈ 2 ਕਰੋੜ ਰੁਪਏ ਇੱਕ ਪਾਸੇ ਰੱਖਦੇ ਹੋ ਕਿ ਜਿਹੜੇ ਕਲਾਕਾਰ ਨੇ ਉਹਨਾਂ ਦੀ ਨਚੰਗੀ ਆਵਾਜ਼ ਦੀ ਰਿਕਾਰਡਿੰਗ ਹੋ ਸਕੇ ਜਿਹੜੇ ਚੰਗੇ ਹੋਏ ਰਾਈਟਰਸ ਨੇ ਉਹਨਾਂ ਦੀ ਕਿਤਾਬਾਂ ਛਪ ਸਕਣ ਇਹ ਵੀ ਤਾਂ ਸਮਾਜ ਭਲਾਈ ਹੈ ਕਿ ਪਛੜੇ ਤੇ ਜਿਹੜੇ ਕਮਜ਼ੋਰ ਵਰਗ ਦੇ ਲੋਕ ਨੇ ਉਹਨਾਂ ਵਾਸਤੇ ਸਹੂਲਤਾਂ ਕ੍ਰੀਏਟ ਕੀਤੀਆਂ ਜਾਣ ਮੇਰਾ ਜੀ ਕਰਦਾ ਆਖਾਂ ਸਰਵੇਖਣ ਕਰੋ ਪੂਰੇ ਸੂਬੇ ਦੇ ਉਹਨਾਂ ਮੀਰ ਆਲਮ ਘਰਾਣਿਆਂ ਦਾ ਜਿਨ੍ਹਾਂ ਦੇ ਕੰਠ ਦੇ ਵਿੱਚ ਸੁਰੀਲੇ ਬੋਲ ਨੇ ਜਿਨ੍ਹਾਂ ਨੂੰ ਕੋਈ ਰਿਆਸ ਕਰਾਉਣ ਵਾਲਾ ਨਹੀਂ ਉਹਨਾਂ ਨੂੰ ਗੁਰੂਗੋਲ ਪਰੰਪਰਾ ਦੇ ਦੀਨ ਕਲਚਰਲ ਫੇਅਰ ਡਿਪਾਰਟਮੈਂਟ ਵੱਲੋਂ ਟ੍ਰੇਨਡ ਕਰੋ ਤਾਂ ਕਿ ਪੰਜਾਬ ਦੇ ਸੰਗੀਤ ਵਿੱਚ ਮੋੜ ਸਰਦਾਰੀ ਕਾਇਮ ਹੋ ਸਕੇ ਮੇਰਾ ਜੀ ਕਰਦਾ ਆਖਾਂ ਬਾਜਿਕਰਾਂ ਦੇ ਡੇਰੇਾਂ ਜਾਓ ਉੱਥੋਂ ਚੰਗੇ ਖਿਡਾਰੀਆਂ ਨੂੰ ਉਵੇਂ ਹੀ ਲੱਭ ਕੇ ਲਿਆਓ ਜਿਵੇਂ ਸਾਬਰ ਵੀਰ ਸਿੰਘ ਨੇ ਲਿਆਂਦਾ ਸੀ ਉਹਨਾਂ ਨੂੰ ਜਿਮਨਾਸਟਿਕ ਦੇ ਵਧੀਆ ਖਿਡਾਰੀ ਬਣਾਓ ਜੇ ਚੱਕਰਪਿੰਡ ਦੀ ਬਾਕਸਿੰਗ ਸਰਦਾਰ ਗੁਰ ਬਾਕਸਿੰਗ ਸੰਧੂ ਕਰਕੇ ਇੰਟਰਨੈਸ਼ਨਲ ਲੈਵਲ ਤੇ ਜਾ ਸਕਦੀ ਹੈ ਅਜਮੇਰ ਸਿੰਘ ਸਿੱਧੂ ਤੇ ਬਲਦੇਵ ਸਿੰਘ ਸਿੱਧੂ ਕਰਦੇ ਹਾਂ ਜੀ ਸਿੱਧੂ ਯਾ ਸਾਡੇ ਉਹ ਮੁੰਡੇ ਜਿਹੜੇ ਨੇ ਆਪਣਾ ਰੁਪਤੜਾ ਪੜਾ ਕੇ ਇੱਥੋਂ ਦਾ ਆਪਣੇ ਦਾ ਚੱਕਰ ਵਾਲਾ ਮੁੰਡਾ ਬਲਵੰਤ ਸੰਧੂ ਦੇ ਕਰਕੇ ਜੇ ਇੰਟਰਨੈਸ਼ਨਲ ਲੈਵਲ ਜਾ ਸੇ ਸਰਵਣ ਸਹਿ ਸੁਖਨਪੁਰਾ ਹੋ ਸਕਦਾ ਤਾਂ ਕਿਹੜਾ ਕੰਮ ਨਹੀਂ ਹੋ ਸਕਦਾ 우ਸਤਾਦ ਦਮਨ ਦੀ ਗੱਲ ਨਾਲ ਗੱਲ ਖਤਮ ਕਰਨੀ ਚਾਹਾਂਗਾ ਬੰਦਾ ਚਾਹੇ ਤੇ ਕੀ ਨਹੀਂ ਕਰ ਸਕਦਾ ਭਾਵੇਂ ਵਕਤ ਹੈ ਤੰਗ ਤੋਂ ਤੰਗ ਆਉਂਦਾ ਰਾਜਾ ਤਖਤ ਹਜ਼ਾਰਿਆਂ ਤੁਰੇ ਤਾਂ ਸਹੀ ਪੈਰਾ ਹੀਟ ਚੈਨਲ ਦਾ ਚੰਗਾ ਹੁੰਦਾ ਇਸ ਕਰਕੇ ਅਸੀਂ ਪੰਜਾਬ ਨੂੰ ਜੇ ਹੁਸੇਨ ਬਣਾਉਣਾ ਹੈ ਤਾਂ ਇੱਕ ਸ਼ੋਭੇ ਵਿੱਚ ਨਹੀਂ ਹਰ ਸ਼ੋਭੇ ਦੇ ਵਿੱਚ ਨਵੀਆਂ ਇਨੋਵੇਟਿਵ ਵਿਚਾਰਾਂ ਨਾਲ ਹੀ ਅੱਗੇ ਵਧ ਸਕਦੇ ਆ ਕੱਲਾ ਸ਼ਸਤਰ ਨਾਲ ਨਹੀਂ ਸ਼ਾਸਤਰ ਨਾਲ ਪੰਜਾਬ ਨੇ ਅੱਗੇ ਵਧਣਾ ਹੈ ਸ਼ਸਤਰ ਵੀ ਜ਼ਰੂਰੀ ਹੈ ਸ਼ਾਸਤਰ ਦੀ ਰਾਖੀ ਵਾਸਤੇ ਅਸੀਂ ਪੰਜਾਬੀ ਮੂਲ ਰੂਪ శాਸਤਰੀ ਆ ਹਾਂਜੀ ਸ਼ਸਤਰ ਤਾਂ ਬਹੁਤ ਸਾਡੇ ਕੋਲ ਬਾਅਦ ਚ ਆਇਆ ਬਾਬਾ ਦੀਪ ਸਿੰਘ ਦੇ ਹੱਥ ਜੀ ਸਭਾ ਸਤ ਸਿਰ ਦਾ ਖੰਡਾ ਕਹਿੰਿਆ ਕਿਹਾ ਜਾਂਦਾ ਤਾਂ ਇਹ ਕਿਉਂ ਭੁੱਲਦੇ ਆ ਕਿ ਉਹੀ ਬਾਬਾ ਦੀਪ ਸਿੰਘ ਤਲਵੰਡੀ ਸਾਬੋ ਦੇ ਵਿੱਚ ਗੁਰਗੱ ਸਾਹਿਬ ਦੇ ਬੀੜਾ ਵੀ ਤਿਆਰ ਕਰ ਰਿਹਾ ਸਿਰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਅਸੀਂ ਹਮੇਸ਼ਾ ਚਾਹਾਂਗੇ ਕਿ ਤੁਸੀਂ ਇਸੇ ਤਰੀਕੇ ਨਾਲ ਹਰ ਸਮਾਜ ਦੇ ਹਰ ਖਿੱਤੇ ਦੇ ਵਿੱਚ ਆਪਣਾ ਵਣ ਦਾ ਯੋਗਦਾਨ ਪਾਉਂਦੇ ਰਹੋ ਕਿਉਂਕਿ ਬਹੁਤ ਸਾਰੇ ਬੁੱਟੇ ਨੇ ਜਿਹੜੇ ਤੁਸੀਂ ਇਸ ਤਰੀਕੇ ਨਾਲ ਸਿੰਜੇ ਨੇ ਕਿ ਅੱਜ ਉਹਨਾਂ ਦਾ ਪਿਆਰ ਮੁਹੱਬਤਾਂ ਨੂੰ ਮਿਲ ਰਿਹਾ ਸਾਹਿਤ ਲਈ ਨਹੀਂ ਸਮਾਜ ਲਈ ਵੀ ਤੁਹਾਡਾ ਯੋਗਦਾਨ ਹੈ ਜਿਹੜਾ ਇਸੇ ਤਰ੍ਹਾਂ ਬਣਿਆ ਰਹੇ ਬਹੁਤ ਬਹੁਤ ਸ਼ੁਕਰੀਆ ਮੈਂ ਬਹੁਤ ਧੰਨਵਾਦੀ ਆਂ ਪੀ ਸੋਸ਼ਲ ਚੈਨਲ ਦਾ ਤੁਹਾਡਾ ਔਰ ਬੱਚੇ ਤੁਹਾਡਾ ਰੁਪਿੰਦਰ ਜੀ ਬਾਕੀ ਸਾਰੀ ਟੀਮ ਦਾ ਜਿਨ੍ਹਾਂ ਨੇ ਇਸ ਕਾਬਿਲ ਸਮਝਿਆ ਕਿ ਮੈਂ ਗੱਲਾਂ ਕਰਨ ਦੇ ਕਾਬਿਲ ਆ ਜੇ ਕੋਈ ਵੱਧ ਘੱਟ ਬੋਲਿਆ ਕੋ ਸ੍ਰੋਤਿਆਂ ਤੋਂ ਖਿਮਾ ਮੰਗ ਜਾ ਚੱਕਾ ਸੋ ਮੈਂ ਤਹੀ ਆਖਾਂਗਾ ਪੂਸ਼ਣ ਦੇ ਬੋਲ ਨਾਲ ਗੱਲ ਮੁਕਾਵਾਂਗਾ ਇਸ ਵਿੱਚ ਮੇਰਾ ਕੁਝ ਵੀ ਨਹੀਂ ਹੈ ਇਹ ਤਾਂ ਹੈ ਮੌਸਮ ਸੇ ਸੇਰਾ ਜੇ ਮੇਰੇ ਗੁਲਦਸਤੇ ਵਿੱਚਲੇ ਤੈਨੂੰ ਫੁੱਲ ਪਿਆਰੇ ਲੱਗੇ